सत श्री अकाल, प्रोग्राम निरपक्ष टॉक देख रहे सारे दर्शकों का हार्दिक स्वागत है। ते दिन भर दिया खास खबरां लैके एक बार फिर तो हाजिर हो चुके हैं। इस नाल ही अपने नाल जुड़ चुके ने सीनियर पत्रकार जगसीर सिंह संधू जी। सो सब तो पहले तो सत श्री अकाल सर, बहुत बहुत स्वागत है तुहाडा। सत श्री अकाल जी, निरपक्ष टॉक नाल जुड़े हुए सारे ही दर्शकों नूं प्यार भरी सत श्री अकाल, नमस्ते, आदाब, सलाम जी। जी सो ठीक ठाक हो सर तुसी? बिल्कुल जी। ਕੀ ਅੱਜ ਦਾ ਕੀ ਅੱਜ ਦੇ ਸਮਾਚਾਰ ਤੇ ਕਿਹੜੀਆਂ ਖਬਰਾਂ ਨੇ ਜਿਨ੍ਹਾਂ ਤੇ ਅੱਜ ਆਪਾਂ ਕਰਨੀ ਹੈ ਚਰਚਾ? ਜੀ ਸੋ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਸਰ ਆਪਾਂ SYL ਦੇ ਮੁੱਦੇ ਨੂੰ ਲੈ ਕੇ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਭਖਦਾ ਮੁੱਦਾ ਬਣਿਆ ਹੋਇਆ। ਕਹਿ ਸਕਦੇ ਹਾਂ ਕਿ ਸਿਆਸਤ ਗਰਮਾਈ ਹੋਈ ਹੈ ਇਸ ਮੁੱਦੇ ਨੂੰ ਲੈ ਕੇ। SYL ਨੂੰ ਲੈ ਕੇ ਮੌਜੂਦਾ ਜੋ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਵੀ ਘੇਰਿਆ ਜਾ ਰਿਹਾ ਹੈ, ਕਿਹਾ ਜਾ ਰਿਹਾ ਇੱਕ ਕਮਜ਼ੋਰ ਪੱਖ ਉਹਨਾਂ ਦੇ ਵੱਲੋਂ ਪੰਜਾਬ ਦਾ SYL ਦੇ ਮੁੱਦੇ ਨੂੰ ਲੈ ਕੇ ਪੇਸ਼ ਕੀਤਾ ਗਿਆ। ਤੇ ਇਸੇ ਦੇ ਚੱਲਦੇ ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਅੱਜ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ ਸੀ, ਗਵਰਨਰ ਹਾਊਸ ਵੱਲ ਕੂਚ ਕੀਤਾ ਗਿਆ ਸੀ। ਲੇਕਿਨ ਜੋ ਚੰਡੀਗੜ੍ਹ ਪੁਲਿਸ ਹੈ ਉਹਨਾਂ ਦੇ ਵੱਲੋਂ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ, ਗ੍ਰਿਫਤਾਰੀਆਂ ਵੀ ਹੋਈਆਂ। ਕੀ ਲੱਗਦਾ ਹੈ ਕਿ ਇਹ ਜੋ ਪ੍ਰਦਰਸ਼ਨ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਲੋਕ ਉੱਥੇ ਪਹੁੰਚੇ, ਸਿਰਫ ਇੱਕ ਮਹਿਜ਼ ਸਿਆਸਤ ਹੈ ਜਾਂ ਫਿਰ ਸੱਚਮੁੱਚ SYL ਦੇ ਮੁੱਦੇ ਤੇ ਕੋਈ ਲੜਾਈ ਵਿੱਢਣ ਦੀ ਇਹਨਾਂ ਦੀ ਤਿਆਰੀ ਹੈ? ਕਾਂਗਰਸ ਵੱਲੋਂ ਇਸ ਤਰ੍ਹਾਂ SYL ਨਹਿਰ ਦੇ ਉੱਪਰ ਕੀਤਾ ਜਾਂਦਾ ਜਿਹੜਾ ਪ੍ਰਦਰਸ਼ਨ ਹੈ ਜਾਂ ਕੀਤਾ ਜਾਂਦਾ ਕੋਈ ਇਸ ਤਰ੍ਹਾਂ ਦਾ ਰੋਸ ਮਾਰਚ ਹੈ, ਉਹਨੂੰ ਦੇਖ ਕੇ ਇੱਕ ਵਾਰ ਮਤਲਬ ਏਦਾਂ ਹੀ ਲੱਗਦਾ ਕੋਈ ਗੀਤ ਯਾਦ ਆਉਂਦਾ ਹੈ ਆਪਣੇ ਗੁਰਦਾਸ ਮਾਨ ਜੀ ਦਾ ਵੀ ਆਪੇ ਰੋਕ ਲਾਉਣਾ ਆਪੇ ਦੇਣੀਆਂ ਦਵਾਵਾਂ। ਸੋ ਇਹ ਰੋਕ ਤਾਂ ਕਾਂਗਰਸ ਨੇ ਲਾਇਆ ਹੋਇਆ ਜੀ, ਸਾਰਾ ਮਤਲਬ ਇਹਨਾਂ ਦੀ ਪਾਰਟੀ ਦੇ ਤਾਂ ਇਹ ਪੰਗਾ ਖੜਾ ਕੀਤਾ ਹੋਇਆ ਹੈਗਾ। SYL ਨਹਿਰ ਦੀ ਜਦੋਂ ਗੱਲ ਆਉਂਦੀ ਹੈ ਤੇ ਇਹਦੀ ਜਨਮਦਾਤੇ ਤਾਂ ਇਹ ਖੁਦ ਨੇ ਗੇ, ਕਾਂਗਰਸ ਨੇ ਕੀਤੀ ਹੈ ਨਾ, ਇਹਦੀ ਸ਼ੁਰੂਆਤ ਤਾਂ ਕਾਂਗਰਸ ਪਾਰਟੀ ਨੇ ਕੀਤੀ ਹੈਗੀ। ਤੇ ਹੁਣ ਕਾਂਗਰਸ ਹੀ ਇਹਦੇ ਉੱਪਰ ਆ ਕੇ ਰਾਜਨੀਤੀ ਕਰ ਰਹੀ ਹੈ, ਲਗਾਤਾਰ ਰਾਜਨੀਤੀ ਵੀ ਕੀਤੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਜਦੋਂ ਮੁੱਖ ਮੰਤਰੀ ਸੀ ਕਾਂਗਰਸ ਦੇ ਪਿਛਲੀ ਵਾਰ ਸਰਕਾਰ ਦੇ ਵਿੱਚ 2000 ਆਪਾਂ ਕਹਿ ਸਕਦੇ ਹਾਂ ਕਿ 7 ਵਾਲੀ ਸਰਕਾਰ ਸੀ ਜਿਹੜੀ ਪਹਿਲਾਂ, ਉਸ ਦੇ ਵਿੱਚ ਮਤਲਬ ਉਹਨਾਂ ਨੇ ਉਦੋਂ ਪਾਣੀਆਂ ਦੇ ਰਾਖਿਆਂ ਦਾ ਖਿਤਾਬ ਲੈ ਲਿਆ ਤੇ ਉਹੀ ਅਮਰਿੰਦਰ ਸਿੰਘ ਸੀ ਜਦੋਂ ਖੇਤੀਬਾੜੀ ਮੰਤਰੀ ਹੁੰਦੇ ਸੀ ਤੇ ਇਹ SYL ਨਹਿਰ ਆ ਜਿਹੜੀ ਪੰਜਾਬ ਦੇ ਵਿੱਚ ਪੱਟੀ ਗਈ ਸੀਗੀ। ਸੋ ਇਸ ਨੂੰ ਲੈ ਕੇ ਕਾਂਗਰਸ ਦਾ ਜਿਹੜਾ ਰੋਸ ਪ੍ਰਦਰਸ਼ਨ ਹੈਗਾ ਇਹਨੂੰ ਦੇਖ ਕੇ ਕਾਂਗਰਸ ਦੀ ਕੋਈ ਪਾਲਿਸੀ ਹੈ ਜਿਹੜੀ ਉਹ ਸਮਝ ਨਹੀਂ ਆਉਂਦੀ ਵੀ ਕਾਂਗਰਸ ਅਸਲ ਦੇ ਵਿੱਚ ਇਸ ਮੁੱਦੇ ਦੇ ਉੱਪਰ ਰਾਜਨੀਤੀ ਜਿਹੜੀ ਉਹ ਮੁੱਢ ਤੋਂ ਕਰਦੀ ਆਈ ਔਰ ਪੰਜਾਬ ਨੇ ਵੱਡਾ ਸੰਤਾਪ ਇਸ ਮਾਮਲੇ ਦੇ ਉੱਪਰ ਭੁਗਤਿਆ ਗਾ ਤੇ ਕਾਂਗਰਸ ਦੀ ਤਾਂ ਦੇਣ ਆ ਇਹ, ਕਾਂਗਰਸ ਨੇ ਖੁਦ ਇਹ ਰੋਗ ਲਾਇਆ ਗਾ ਪੰਜਾਬ ਨੂੰ ਤੇ ਆਪ ਹੀ ਹੁਣ ਉਹ ਲੱਗੇ ਆ ਕਿ ਮਤਲਬ ਅਸੀਂ ਇਹਦਾ ਇਲਾਜ ਆ ਜਿਹੜਾ ਉਹ ਕਰਨ ਲੱਗੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂਗੇ। ਤੇ ਅੱਜ ਦਾ ਵੀ ਜਿਹੜਾ ਇਹ ਇੱਕ ਤਰ੍ਹਾਂ ਰਾਜ ਭਵਨ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਜਦੋਂ ਰਾਜ ਭਵਨ ਦਾ ਘਰਾਓ ਹੋਊਗਾ ਤਾਂ ਚੰਡੀਗੜ੍ਹ ਜਿਹੜਾ ਹੁਣ ਡਿਊਟੀ ਹੈ ਪੁਲਿਸ ਦਾ ਜਿਹੜੀ ਉੱਥੋਂ ਦੀ ਉਹ ਲਹਿਦਾ ਹੈਗੀ ਆ ਤੇ ਉਹਨਾਂ ਨੇ ਉੱਥੇ ਉਹਨਾਂ ਦਾ ਕੰਮ ਆ, ਕਿਉਂਕਿ ਚੰਡੀਗੜ੍ਹ ਦੇ ਵਿੱਚ ਤਾਂ ਅੱਜ ਕੱਲ੍ਹ ਕੋਈ ਰੋਸ ਪ੍ਰਦਰਸ਼ਨ ਵੀ ਨਹੀਂ ਹੁੰਦਾ ਹੈਗਾ, ਜਿਹੜਾ ਉਹ ਵੀ ਪੰਜਾਬ ਵਾਲੇ ਆ ਮੋਹਾਲੀ ਜਾ ਕੇ ਰੌਲਾ ਪਾ ਕੇ ਮੁੜੇ ਆਉਂਦੇ, ਅੱਗੇ ਤਾਂ ਜਾਣ ਹੀ ਨਹੀਂ ਦਿੱਤਾ ਜਾਂਦਾ ਹੈਗਾ। ਸੋ ਇਹ ਜਦੋਂ ਜਾ ਕੇ ਉੱਥੇ ਹੁਣ ਰਾਜ ਭਵਨ ਵੱਲ ਵਧੇ ਸੀਗੇ ਤੇ ਉੱਥੇ ਪਾਣੀ ਦੀਆਂ ਵਸਾਰਾਂ ਹੋਈਆਂ ਨੇਗੀਆਂ ਤੇ ਇਸ ਮੌਕੇ ਇਹਦੇ ਗ੍ਰਿਫਤਾਰੀਆਂ ਵੀ ਹੋਈਆਂ ਨੇ, ਕੁਝ ਪੁਲਿਸ ਵਾਲਿਆਂ ਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਵੀ ਹੈ ਜਿਹੜੀ ਹੋਈ ਹੈਗੀ, ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਤੇ ਹੁਣ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਹੋਣੀ, ਕਿਉਂਕਿ ਰਾਜਾ ਬੜਿੰਗ ਕਾਂਗਰਸ ਪੰਜਾਬ ਦੇ ਪ੍ਰਧਾਨ ਨੇ ਤੇ ਰਾਜਾ ਬੜਿੰਗ ਹੋਣੀ ਪ੍ਰਧਾਨ ਨੇ ਤੇ ਪ੍ਰਤਾਪ ਸਿੰਘ ਬਾਜਵਾ ਹੋਣੀ ਆ ਜਿਹੜੇ ਉਹ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਾਂਗਰਸ ਵੱਲੋਂ। ਸੋ ਇਹਨਾਂ ਦੋਨਾਂ ਨੇ ਇਹਦੀ ਅਗਵਾਈ ਕੀਤੀ ਹੈਗੀ ਤੇ ਅਗਵਾਈ ਦੇ ਵਿੱਚ ਫਿਰ ਬਾਅਦ ਦੇ ਵਿੱਚ ਹੁਣ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਆ ਕਿ ਪੰਜਾਬ ਨੂੰ ਅਸੀਂ ਰੇਗਿਸਤਾਨ ਬਣਨ ਨਹੀਂ ਦੇਵਾਂਗੇ। ਇਸ ਪਾਸੇ ਵੱਲ ਸ਼ਾਇਦ ਬਾਜਵਾ ਸਾਹਿਬ ਵੀ ਭੁੱਲ ਜਾਂਦੇ ਵੀ ਤੋਰਿਆ ਤਾਂ ਅਸੀਂ ਰੇਗਿਸਤਾਨ ਬਣਾਉਣ ਦੀ ਜਿਹੜਾ ਸ਼ੁਰੂਆਤ ਹੈ ਉਹ ਤਾਂ ਖੁਦ ਕਾਂਗਰਸ ਨੇ ਕੀਤੀ ਹੈ, ਪਰ ਹੁਣ ਰਾਜਪਾਲ ਸਾਹਿਬ ਨੂੰ ਅਸੀਂ ਕਹਿੰਦਾ ਦੱਸਣਾ ਚਾਹੁੰਦੇ ਹਾਂ। ਬਾਜਵਾ ਸਾਹਿਬ ਕਹਿੰਦੇ ਆ ਵੀ ਪੰਜਾਬ ਦੇ ਕੋਲੇ ਕੋਈ ਵਾਧੂ ਪਾਣੀ ਨਹੀਂ ਜਿਹੜਾ ਅਸੀਂ ਸ਼ੇਅਰ ਕਰ ਸਕੀਏ ਤੇ ਇੱਥੇ ਜੇ ਜ਼ਮੀਨਾਂ ਅਕਵਾਇਰ ਕਰਨ ਦਾ ਕੰਮ ਦੁਬਾਰੇ ਸ਼ੁਰੂ ਹੁੰਦਾ ਗਾ ਤਾਂ ਉਹ ਪੰਜਾਬ ਨੂੰ ਮੁੜ ਤੰਗ ਪਰੇਸ਼ਾਨ ਕਰਨ ਵਾਲੀ ਗੱਲ ਹੋਊਗੀ, ਕਿਉਂਕਿ ਜ਼ਮੀਨਾਂ ਜਿਹੜੀਆਂ ਬਹੁਤ ਸਾਰੀਆਂ ਨੇ ਉਹ ਨਹਿਰ ਦੀਆਂ, ਜਿਵੇਂ ਆਪਾਂ ਪਹਿਲਾਂ ਵੀ ਕਿਹਾ ਸੀਗਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਸੀਗਾ ਤੇ ਉਹ ਜ਼ਮੀਨਾਂ ਜਿਹੜੀਆਂ ਵਾਪਸ ਲੋਕਾਂ ਨੂੰ ਕਹਿ ਦਿੱਤਾ ਗਿਆ ਸੀ ਵੀ ਤੁਸੀਂ ਆਪੋ ਆਪਣੀਆਂ ਜ਼ਮੀਨਾਂ ਜਿਹੜੇ ਜਿਹੜੇ ਲੋਕਾਂ ਤੋਂ ਅਕਵਾਇਰ ਹੋਈਆਂ ਸੀਗੀਆਂ ਉਹ ਆਪਣੀਆਂ ਜ਼ਮੀਨਾਂ ਦੁਬਾਰੇ ਵਾਹ ਲਈਆਂ ਉਹਨਾਂ ਨੇ, ਕਿਤੇ ਨਹਿਰ ਪੂਰੀ ਵੀ ਗਈ ਹੈ ਤੇ ਕੁਝ ਨਹਿਰ ਦਾ ਜਿਹੜਾ ਖੰਡਰਾਤ ਜੀ ਉਸੇ ਤਰ੍ਹਾਂ ਖੜੇ ਵੀ ਨੇਗੇ। ਤੇ ਇਹ ਮਤਲਬ ਇੱਥੇ ਹੁਣ ਇਹ ਕਹਿ ਰਹੇ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਣੀ
ਕਿ ਅਸੀਂ ਇਸ ਹੱਸਦੇ ਬੱਸਦੇ ਪੰਜਾਬ ਨੂੰ ਰੇਗਿਸਤਾਨ ਨਹੀਂ ਬਣ ਦੇਣਾ, ਅਸੀਂ ਪਹਿਲਾਂ ਹੀ ਰਾਜਸਥਾਨ ਤੇ ਹਿਮਾਚਲ ਨੂੰ ਪਾਣੀ ਆ ਜਿਹੜਾ ਹਰਿਆਣੇ ਨੂੰ ਦੇ ਰਹੇ ਹਾਂ ਜੀ ਪਹਿਲਾਂ ਹੀ। ਉਹ ਇਹ ਗੱਲ ਕਹਿ ਰਹੇ ਨੇ ਗੇ ਕਿ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਪਹਿਲਾਂ ਦਿੱਤਾ ਜਾ ਰਿਹਾ ਹੈਗਾ, ਵਾਧੂ ਪਾਣੀ ਪੰਜਾਬ ਦੇ ਕੋਲੇ ਨਹੀਂ ਆ। ਤੇ ਇਹਦੇ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਵੀ ਨਿਸ਼ਾਨਾ ਸਾਧਿਆ ਵੀ ਇਹ ਜਿਹੜਾ ਹੈਗਾ ਇਸ ਮਾਮਲੇ ਦਾ ਉੱਪਰ ਪੰਜਾਬ ਦਾ ਪੱਖ ਹੈ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਨਹੀਂ ਰੱਖ ਸਕੀ ਹੈਗੀ। ਤੇ ਹਰਪਾਲ ਚੀਮਾ ਪੰਜਾਬ ਦੇ ਪਾਣੀਆਂ ਦੀ ਹੱਕ ਗੱਲ ਕਰਦਾ ਤੇ ਦੂਸਰੇ ਪਾਸੇ ਆਪਦਾ ਬੁਲਾਰਾ ਜਿਹੜਾ ਅਸ਼ੋਕ ਕੰਵਰ ਹੈ ਉਹ ਪੰਜਾਬ ਦਾ ਪਾਣੀ ਹਰਿਆਣਾ ਨੂੰ ਦਿਵਾਉਣ ਦੀ ਗੱਲ ਕਰਦਾ। ਸੋ ਆਮ ਆਦਮੀ ਪਾਰਟੀ ਦੇ ਡਬਲ ਸਟੈਂਡਰਡ ਦੀ ਵੀ ਗੱਲ ਕੀਤੀ ਹੈਗੀ ਤੇ ਮੁੱਦੇ ਤੋਂ ਭਟਕਾਉਣ ਵਾਲੀ ਗੱਲ ਵੀ ਉਹਨਾਂ ਨੇ ਕਹੀ ਆ ਕਿ ਭਗਵੰਤ ਸਿੰਘ ਮਾਨ ਹੋਣੀ ਟਵੀਟ ਕਰਕੇ ਇਸ ਮੁੱਦੇ ਤੋਂ ਲੋਕਾਂ ਦਾ ਜਿਹੜਾ ਧਿਆਨ ਹੈ ਉਹਨੂੰ ਭਟਕਾ ਰਹੇ ਨੇਗੇ। ਤੇ ਇਹਦੇ ਨਾਲ ਰਾਜਾ ਵੜਿੰਗ ਦਾ ਵੀ ਕਹਿਣਾ ਹੈ ਕਿ ਅੱਜ ਅਸੀਂ ਜਿਹੜਾ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਾ ਤੇ ਉਹਦੇ ਵਿੱਚ ਉਹ ਕਹਿ ਰਹੇ ਆ ਕਿ ਕੇਂਦਰ ਦੇ ਨਾਲ ਜਿਹੜੇ ਮਸਲੇ ਪੰਜਾਬ ਦੇ ਆ ਉਹ ਨਹੀਂ ਉਸ ਢੰਗ ਦੇ ਨਾਲ ਪੰਜਾਬ ਸਰਕਾਰ ਉਠਾ ਨਹੀਂ ਰਹੀ ਹੈਗੀ। ਰਾਜਪਾਲ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਮੈਨੇਜ ਉਹਦਾ ਪ੍ਰਬੰਧ ਦਾ ਹੈਗਾ ਗੱਲ ਉਹ ਵੀ ਉਹਦੀ ਵੀ ਗੱਲ ਕੀਤੀ ਆ ਉਹਨਾਂ ਨੇ। ਹਰਿਆਣੇ ਨੂੰ ਵਿਧਾਨ ਸਭਾ ਦੇ ਲਈ ਜਿਹੜੀ ਜਗ੍ਹਾ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਹਦਾ ਵੀ ਮੁੱਦਾ ਉਹਨਾਂ ਨੇ ਉਠਾਇਆ ਗਾ। ਤੇ ਇਹਦੇ ਨਾਲ ਐਸ ਵਾਈ ਐਨ ਲਹਿਰ ਦੀ ਵੀ ਗੱਲ ਕਰ ਰਹੇ ਆ, ਫੈਡਰਲ ਢਾਂਚੇ ਦੀਆਂ ਜਿਹੜੀਆਂ ਧੱਜੀਆਂ ਉਡਾਉਣ ਦੀ ਉਹ ਵੀ ਗੱਲ ਮਤਲਬ ਉਹਨਾਂ ਨੇ ਉਠਾਈ ਆ। ਤੇ ਇੱਥੋਂ ਤੱਕ ਰਾਜਾ ਵੜਿੰਗ ਨੇ ਤਾਂ ਜਿਹੜੀ ਗੱਲ ਅੱਜ ਕਹੀ ਹੈ ਕਿ ਜੇ ਕਿਤੇ ਇਹ ਜਿਹੜੀ ਧੱਕੇ ਦੇ ਨਾਲ ਇਹ ਨਹਿਰ ਹੈ ਜਿਹੜੀ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਇਹ ਨਹੀਂ ਮਤਲਬ ਕੰਮ ਰੁਕਦਾ ਇੱਥੇ ਤਾਂ ਪੰਜਾਬ ਦੇ ਹਾਲਾਤ ਦੁਬਾਰਾ ਖਰਾਬ ਹੋ ਸਕਦੇ ਨੇ ਗੇ। ਸੋ ਉਹ ਵੀ ਉਹਨਾਂ ਨੇ ਗੱਲ ਅੱਜ ਕਹੀ ਹੈ ਕਿ ਸਭ ਨੂੰ ਪਤਾ ਹੈ ਵੀ ਪਹਿਲਾਂ ਵੀ ਇੱਥੇ ਵੱਡਾ ਖੂਨ ਖਰਾਬਾ ਹੋਇਆ ਤੇ ਹੁਣ ਮੁੜ ਦੁਬਾਰਾ ਫੇਰ ਹਾਲਾਤ ਉਸ ਪਾਸੇ ਵੱਲ ਤੁਰ ਸਕਦੇ ਆ। ਤੇ ਉਹਨਾਂ ਨੇ ਨਾਲ ਨਾਲ ਇਸ ਗੱਲ ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਵੀ ਇੰਨਾ ਕੁਝ ਹੋ ਰਿਹਾ ਹੈਗਾ ਪਰ ਰਾਜਪਾਲ ਆ ਜਿਹੜੇ ਉਹ ਚੁੱਪ ਕੀਤੇ ਬੈਠੇ ਆ। ਰਾਜਪਾਲ ਦੇ ਉੱਪਰ ਸਿੱਧਾ ਨਿਸ਼ਾਨਾ ਜਿਹੜਾ ਕਹਿ ਸਕਦੇ ਆ ਆਪਾਂ ਇਹ ਲਾਇਆ ਜੀ ਜਿਹੜੇ ਰਾਜਾ ਵੜਿੰਗ ਜੀ ਨੇ। ਸੋ ਹੁਣ ਵਨੀਤ ਮਾਮਲਾ ਉੱਥੇ ਖੜਾ ਹੈ ਵੀ ਅਸਲ ਦੇ ਵਿੱਚ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਕੋਈ ਗੱਲ ਆ ਜਿਹੜੀ ਸਹਿਰਤਾ ਦੇ ਨਾਲ ਉਹ ਕਿਸੇ ਪਾਸਿਓਂ ਵੀ ਹੁੰਦੀ ਨਹੀਂ ਦਿਖਾਈ ਦੇ ਰਹੀ। ਇਸ ਮੁੱਦੇ ਨੂੰ ਦੇ ਉੱਪਰ ਰਾਜਨੀਤੀ ਜ਼ਰੂਰ ਹੋ ਰਹੀ ਹੈਗੀ, ਰਾਜਨੀਤੀ ਸਾਰੇ ਕਰ ਰਹੇ ਆ। ਹੁਣ ਉਹੀ ਜਿਵੇਂ ਆਪਾਂ ਕਹਿੰਦੇ ਵੀ ਉਹ ਕਾਂਗਰਸ ਹੈ ਜਿਹਨੇ ਖੁਦ ਇਹ ਬੀ ਬੀਜਿਆ ਉਹੀ ਕਾਂਗਰਸ ਹੁਣ ਇਸ ਲਈ ਦੋਸ਼ੀ ਆ ਜਿਹੜਾ ਉਹ ਦੂਸਰੀਆਂ ਪਾਰਟੀਆਂ ਨੂੰ ਦੱਸ ਰਹੀ ਹੈ, ਕਦੇ ਆਪ ਦੀ ਗੱਲ ਕਰਦੀ ਹੈ ਕਦੇ ਬੀਜੇਪੀ ਨੂੰ ਕਹਿ ਰਹੀ ਹੈਗੀ। ਤੇ ਇਸੇ ਤਰ੍ਹਾਂ ਹੀ ਮਤਲਬ ਆਪਾਂ ਕਹਿ ਸਕਦੇ ਵੀ ਅਕਾਲੀ ਦਲ ਆ, ਅਕਾਲੀ ਦਲ ਵੀ ਇਹੋ ਜਿਹਾ ਕੁਛ ਹੀ ਕਰ ਰਿਹਾ। ਅਕਾਲੀ ਦਲ ਨੇ ਦੇ ਸਮੇਂ ਦੇ ਵਿੱਚ ਉਸੇ ਅਕਾਲੀ ਦਲ ਦੇ ਚਲੋ ਆਪਾਂ ਕਹਿ ਸਕਦੇ ਵੀ ਉਦੋਂ ਪ੍ਰਧਾਨ ਜਾਂ ਮੁੱਖ ਮੰਤਰੀ ਬਾਦਲ ਸਾਹਿਬ ਨਹੀਂ ਸੀ ਉਦੋਂ ਸੁਰਜੀਤ ਸਿੰਘ ਬਰਨਾਲਾ ਸੀ, ਪਰ ਸ਼੍ਰੋਮਣੀ ਅਕਾਲੀ ਦਲ ਤਾਂ ਇਹੀ ਸੀ ਨਾ। ਇਸੇ ਅਕਾਲੀ ਦਲ ਦਾ ਹੀ ਰਾਜ ਸੀਗਾ ਜਦੋਂ ਇਹ ਨਹਿਰ ਆ ਬਣੀ ਹੈ ਪੱਟੀ ਗਈ ਹੈ। ਰਾਜੀਵ ਲੌਂਗੋਵਾਲ ਸਮਝੌਤਾ ਹੁੰਦਾ ਉਹਦੇ ਵਿੱਚ ਇਹ ਨਹਿਰ ਆ ਜਿਹੜੀ ਇਹਨਾਂ ਨੇ ਬਣਾਉਣੀ ਮੰਨੀ ਤੇ ਮੰਨੀ ਕਿਹਨੇ? ਅਕਾਲੀ ਦਲ ਦੇ ਪ੍ਰਧਾਨ ਨੇ, ਅਕਾਲੀ ਦਲ ਦਾ ਪ੍ਰਧਾਨ ਉਸ ਸਮੇਂ ਹਰਚੰਦ ਸਿੰਘ ਲੌਂਗੋਵਾਲ ਸੀਗਾ। ਤੇ ਹੁਣ ਅਕਾਲੀ ਦਲ ਵੀ ਇਹਦੇ ਉੱਪਰ ਰਾਜਨੀਤੀ ਕਰ ਰਿਹਾ, ਉਦੋਂ ਦਾ ਉਹ ਕਹੀ ਜਾਂਦੇ ਆ ਵੀ ਅਸੀਂ ਕੁਰਬਾਨੀਆਂ ਦੇਣ ਲਈ ਤਿਆਰ ਹੈ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਕਹੀ ਗਿਆ ਵੀ ਮੈਂ ਹਰ ਕੁਰਬਾਨੀ ਦੇ ਦੇਣੀ ਆ, ਹੁਣ ਸੁਖਬੀਰ ਸਿੰਘ ਬਾਦਲ ਹੋਣੀ ਕਹੀ ਜਾਂਦੇ ਆ ਮੈਂ ਹਰ ਕੁਰਬਾਨੀ ਦੇ ਦੇਣੀ ਆ। ਪਹਿਲੀਆਂ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਜਿਹੜੀਆਂ ਉਹ ਅਕਾਲੀ ਦਲ ਦੇ ਚੁੱਕਿਆ ਇਹਦੇ ਉੱਪਰ। ਸੋ ਇਸ ਤਰ੍ਹਾਂ ਦੇ ਹੀ ਮਤਲਬ ਸਾਰੇ ਦਾ ਸਾਰਾ ਮੁੱਦਾ ਹੈ ਜਿਹੜਾ ਇਹ ਇੱਕ ਤਰ੍ਹਾਂ ਦੇ ਨਾਲ ਰਾਜਨੀਤੀ ਦਾ ਇਹ ਖਾੜਾ ਬਣਾ ਕੇ ਰੱਖ ਲਿਆ। ਤੇ ਹਾਲਾਂਕਿ ਜਦੋਂ ਕਿ ਮੁੱਦਾ ਇੰਨਾ ਸੰਵੇਦਨਸ਼ੀਲ ਹੈ ਕਿ ਪੰਜਾਬ ਦੀ ਹੋਣੀ ਨਾਲ ਜੁੜਿਆ ਹੋਇਆ ਹੈਗਾ, ਪੰਜਾਬ ਇਹਦੇ ਲਈ ਬਹੁਤ ਵੱਡੀ ਕੀਮਤ ਹੈ ਜਿਹੜੀ ਉਹ ਖੂਨ ਦੇ ਰੂਪ ਦੇ ਵਿੱਚ ਦੇ ਚੁੱਕਿਆ। 10 ਸਾਲ ਪੰਜਾਬ ਨੇ ਜਿਹੜਾ ਸੰਤਾਪ ਭੋਗਿਆ ਉਹ ਪੰਜਾਬ ਨੇ ਧਰ ਚੱਪਾ ਚੱਪਾ ਧਰਤੀ ਹੈ ਜਿਹੜੀ ਉਹ ਖੂਨ ਨਾਲ ਰੰਗੀ ਗਈ ਆ ਉਸ ਸਮੇਂ। ਸੋ ਮੁੱਦਾ ਇੰਨਾ ਸੰਵੇਦਨਸ਼ੀਲ ਹੈ ਤੇ ਪਰ ਰਾਜਨੀਤਿਕ ਆਗੂ ਆ ਜਿਹੜੇ ਉਹ ਇੱਕ ਦੂਸਰੇ ਦੇ ਉੱਪਰ ਦੋਸ਼ ਦੇ ਕੇ ਰਾਜਨੀਤੀ ਕਰਨ ਲੱਗੇ ਹੋਏ ਆ। ਸੋ ਇਹਦੇ ਹੱਲ ਦੇ ਲਈ ਜੇ ਸਹਿਰਤਾ ਦੇ ਨਾਲ ਅਸਲ ਦੇ ਵਿੱਚ ਇਹ ਮੁੱਦਾ ਜੇ ਆਪਾਂ ਨਿਰਪੱਖ ਰਹਿ ਕੇ ਇਹਨੂੰ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਇਸ ਬੜੇ ਸੰਵੇਦਨਸ਼ੀਲ ਮੁੱਦਾ ਇਹਦੇ ਉੱਪਰ ਸਾਰੀਆਂ ਪਾਰਟੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਸੱਚਮੁੱਚ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਤੇ ਔਰ ਇਹਦਾ ਕੋਈ ਹੱਲ ਹੈ ਉਸ ਤਰ੍ਹਾਂ, ਕਿਉਂਕਿ ਇਸ ਵੇਲੇ ਸਾਡੇ ਹੱਕ 'ਚ ਨਾ ਸੁਪਰੀਮ ਕੋਰਟ ਹੈ ਤੇ ਨਾ ਸਾਡੇ ਹੱਕ ਦੇ ਵਿੱਚ ਇਸ ਵੇਲੇ ਸੈਂਟਰ ਸਰਕਾਰ ਹੈਗੀ। ਕਿਉਂਕਿ ਮੋਦੀ ਸਾਹਿਬ ਵੀ ਕਹਿ ਚੁੱਕੇ ਆ, ਪਿਛਲੀਆਂ ਆਪਾਂ ਖਬਰਾਂ ਦੇ ਵਿੱਚ ਜ਼ਿਕਰ ਕਰ ਚੁੱਕੇ ਆ ਕਿ ਉਹਨਾਂ ਨੇ ਸਿੱਧਾ ਹੀ ਇਸ਼ਾਰਾ ਕਰ ਦਿੱਤਾ ਕਿ ਪਾਣੀ ਪਿਉਣ ਦਾ ਬੜੇ ਪੁੰਨ ਦਾ ਕੰਮ ਹੁੰਦਾ ਜੀ, ਅਸੀਂ ਤਾਂ ਪਾਣੀ ਦਿੰਦੇ ਰਹੇ ਹਾਂ ਕਿ ਰਾਜਸਥਾਨ ਨੂੰ ਉਹਨਾਂ ਨੇ ਪਾਣੀ ਦੇਣ ਦੀ ਗੱਲ ਕੀਤੀ ਕੋਈ ਥੋੜਾ ਬਹੁਤ। ਤੇ ਪਰ ਇੱਧਰ ਆ ਕੇ ਉਹ ਦੂਜੇ ਪਾਸੇ ਉਹ ਕਹਿੰਦੇ ਆ ਵੀ ਉਸ ਰਾਜ ਇਹੋ ਜਿਹਾ ਵੀ ਉਹ ਕਹਿੰਦੇ ਵੀ ਅਸੀਂ ਬੂੰਦ ਵੀ ਨਹੀਂ ਦੇਣੀ ਤੇ ਉਹ ਮਰਨ ਮਾਰਨ ਲਈ ਤਿਆਰ ਹੋਈ ਬੈਠੇ। ਮਤਲਬ ਉਹਨਾਂ ਨੇ ਵੀ ਇਹਦੇ ਉੱਪਰ ਇਸ ਤਰ੍ਹਾਂ ਦੀ ਟਿੱਪਣੀ ਕਰਕੇ ਸਾਨੂੰ ਇਹ ਸੰਕੇਤ ਸਿੱਧਾ ਦੇ ਦਿੱਤਾ ਹੈ ਵੀ ਇਸ ਵੇਲੇ ਜਿਹੜਾ ਸੈਂਟਰ ਹੈ ਇਸ ਵੇਲੇ ਜਿਹੜੀ ਮਤਲਬ ਉਧਰੋਂ ਆਈ ਆਪਣੇ ਕੋਲੇ
ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆ ਰਹੀ ਹੈ, ਪੰਜਾਬ ਸਰਕਾਰ ਨੂੰ ਹਦਾਇਤਾਂ ਆ ਰਹੀਆਂ ਨੇ, ਸਖਤ ਹਦਾਇਤਾਂ ਨੇਗੀਆਂ, ਤੇ ਉਧਰ ਕੇਂਦਰ ਨੂੰ ਕਹਿ ਰਹੇ ਆ ਵੀ ਛੇਤੀ ਦਾ ਸਰਵੇਖਣ ਕਰਾਓ, ਤੇ ਹਾਲਾਤ ਬੜੇ ਨਾਜ਼ੁਕ ਸਥਿਤੀ ਦੇ ਵਿੱਚ ਨੇ ਸੱਚਮੁੱਚ। ਇਸ ਵਾਰ ਮਤਲਬ ਇਹ ਲੱਗਦਾ ਇਸ ਤਰ੍ਹਾਂ ਦਾ ਕਿ ਨਹਿਰ ਹੈ ਜਿਹੜੀ, ਇਹਨੂੰ ਕੱਢਣ ਦੀ ਵਿਉਂਤਬੰਦੀ, ਇਹਨੂੰ ਚਲਾਉਣ ਦੀ ਵਿਉਂਤਬੰਦੀ ਪੂਰੀ ਹੋ ਚੁੱਕੀ ਹੈ, ਪਰ ਪੰਜਾਬ ਦੇ ਆਗੂ ਅਜੇ ਵੀ ਮਤਲਬ ਉਸੇ ਗੇਰ 'ਚ ਤੁਰੇ ਫਿਰਦੇ ਆ, ਜਾਂ ਇੱਕ ਦੂਸਰੇ ਦੇ ਦੋਸ਼ ਦਾਸ਼ ਲਾ ਕੇ ਡੰਗਾ ਸਾਰ ਨੂੰ ਫਿਰਦੇ ਆ, ਜਦੋਂ ਕਿ ਜ਼ਰੂਰਤ ਇਹ ਹੈ ਵੀ ਸਾਰਿਆਂ ਨੂੰ ਬੈਠ ਕੇ ਸਾਰਾ ਪਾਰਟੀ ਮੀਟਿੰਗ ਸੱਦੀ ਜਾਵੇ। ਜਿਸ ਤਰ੍ਹਾਂ ਮਾਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਹੈ, ਮੁੱਖ ਮੰਤਰੀ ਸਾਹਿਬ ਨੇ ਵੀ ਅਸੀਂ ਸੈਸ਼ਨ ਸੱਦਣ ਜਾ ਰਹੇ ਹਾਂ, ਵਾਕਈ ਉਹ ਸੈਸ਼ਨ ਹੋਵੇ, ਉਹਦੇ 'ਚ ਐਵੇਂ ਫੋਕੀਆਂ ਗੱਲਾਂ ਦੇ ਉੱਪਰ ਕੋਈ ਬਾਈਕਾਟ ਨਾ ਹੋਵੇ, ਬੈਠ ਕੇ ਸਾਰੀਆਂ MLA ਜਿੰਨੇ ਵੀ ਹੈਗੇ ਨੇਗੇ, ਚਾਹੇ ਉਹ ਕਿਸੇ ਵੀ ਪਾਰਟੀ ਦਾ, ਪੰਜਾਬ ਦਾ MLA ਆ, ਉਹ ਪੰਜਾਬ ਦਾ MLA ਆ, ਪਾਰਟੀਆਂ ਦੇ MLA ਤਾਂ ਉਹ ਬਾਅਦ ਦੇ ਵਿੱਚ ਨੇ, ਜਦੋਂ MLA ਚੁਣੇ ਗਏ ਆ ਉਹ ਪੰਜਾਬ ਦੇ MLA, ਉਹਨਾਂ ਨੂੰ ਪੰਜਾਬ ਦੀ ਇਸ ਹੋਣੀ ਬਾਰੇ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਵੀ ਇਹ ਮਸਲੇ ਨੂੰ ਅਸੀਂ ਹੱਲ ਕਿਵੇਂ ਕਰਨਾ ਗਾ, ਕਾਨੂੰਨੀ ਲੜਾਈ ਕਿਵੇਂ ਲੜੀ ਜਾ ਸਕਦੀ ਹੈ, ਰਾਜਨੀਤਿਕ ਲੜਾਈ ਅਸੀਂ ਕਿਵੇਂ ਲੜ ਸਕਦੇ ਹਾਂ। ਸੋ ਇਹ ਸਾਰੀਆਂ ਗੱਲਾਂ ਨੂੰ ਬੈਠ ਕੇ ਤੈਅ ਕਰਨ ਦੀ ਲੋੜ ਆ, ਨਾ ਕਿ ਫੋਕੀਆਂ ਬਿਆਨਬਾਜ਼ੀਆਂ ਜਾਂ ਏਦਾਂ ਮਤਲਬ ਉਧਰੋਂ ਪਾਣੀ ਦੀਆਂ ਵਿਸਾੜਾਂ ਦੀਆਂ ਤੜਕੇ ਫੋਟੋਆਂ ਜ਼ਰੂਰ ਲੱਗ ਜਾਣਗੀਆਂ ਅਖਬਾਰਾਂ 'ਚ, TV ਤੇ ਚੱਲ ਗਿਆ, ਬਥੇਰਾ ਕੁਝ ਦਿਖਾਈ ਜਾਂਦੇ ਆ, ਉੱਚੇ ਹੋ ਕੇ ਬੁਰੇ ਮਤਲਬ ਨਾਰੇ ਲਾ ਦਿੰਦੇ ਆ, ਉਹਦੇ ਨਾਲ ਨਹਿਰ ਨਹੀਂ ਰੁਕਣੀ ਹੈਗੀ, ਨਹਿਰ ਰੁਕਣ ਦੇ ਲਈ ਸੱਚਮੁੱਚ ਬੈਠ ਕੇ ਕੁਤਰਦ ਦਾ ਜਿਹੜਾ ਉਹ ਕਰਨ ਦੀ ਜ਼ਰੂਰਤ ਹੈ ਜੀ। ਜੀ ਵਨੀਤ ਦੇ ਮੁੱਦੇ ਦੇ ਨਾਲ ਅਗਰ ਆਪਾਂ ਗੱਲ ਕਰੀਏ ਹਰਦੀਪ ਸਿੰਘ ਨਿੱਜਰ ਹੱਤਿਆ ਮਾਮਲੇ ਦੇ ਬਾਰੇ, ਤਾਂ ਇਹ ਵੀ ਕਾਫੀ ਜ਼ਿਆਦਾ ਉਲਝਦਾ ਹੋਇਆ ਨਜ਼ਰ ਆ ਰਿਹਾ, ਜਿੱਥੇ ਪਹਿਲਾਂ ਕੈਨੇਡਾ ਦੇ ਵੱਲੋਂ ਭਾਰਤੀ ਏਜੰਸੀਆਂ ਤੇ ਇਲਜ਼ਾਮ ਲਗਾਏ ਗਏ ਸੀ ਕਿ ਭਾਰਤੀ ਏਜੰਸੀਆਂ ਦੇ ਵੱਲੋਂ ਇਹ ਕਤਲ ਕਰਵਾਇਆ ਗਿਆ, ਉਸ ਤੋਂ ਬਾਅਦ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਨਾਮ ਵੀ ਵਿੱਚ ਆਇਆ ਸੀ, ਤੇ ਹੁਣ ਇੱਕ ਵੱਡਾ ਖੁਲਾਸਾ ਜੋ ਇੱਕ ਅਮੈਰੀਕਨ ਰਿਪੋਰਟਰ ਆਪਾਂ ਕਹਿ ਸਕਦੇ ਹਾਂ ਜੈਨੀਫਰ ਜ਼ਿੰਗ, ਜੋ ਕਿ ਇੱਕ ਚੀਨੀ ਮੂਲ ਦੀ ਇੱਕ ਪੱਤਰਕਾਰ ਹੈ, ਲੇਕਿਨ ਇਸ ਵੇਲੇ ਉਹ ਅਮੈਰੀਕਾ ਦੇ ਵਿੱਚ ਰਹਿ ਰਹੀ ਹੈ, ਉਹਨਾਂ ਦੇ ਵੱਲੋਂ ਇਹ ਚੀਜ਼ ਕਹੀ ਗਈ ਹੈ ਕਿ ਇਹ ਜੋ ਕਤਲ ਹੈ ਇਹ ਚੀਨੀ ਏਜੰਸੀਆਂ ਦੇ ਵੱਲੋਂ ਕਰਵਾਇਆ ਗਿਆ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਭਾਰਤ ਦਾ ਜੋ ਤਾਲਮੇਲ ਹੈ ਉਹ ਵਿਦੇਸ਼ਾਂ ਦੇ ਨਾਲ ਬਾਕੀ ਦੇਸ਼ਾਂ ਦੇ ਨਾਲ ਕੋਈ ਜ਼ਿਆਦਾ ਵਧੀਆ ਰਹੇ। ਸੋ ਇਹਦੇ ਬਾਰੇ ਕੀ ਕਹੋਗੇ ਤੁਸੀਂ, ਇਹ ਕਿੰਨੀ ਕੁ ਸੱਚਾਈ ਇਹਦੇ ਵਿੱਚ ਹੋ ਸਕਦੀ ਹੈ ਜਾਂ ਕੀ ਤੱਥ ਹੈ ਇਸ ਦੇ ਨਾਲ? ਇਹਨੂੰ ਆਪਾਂ ਕੋਈ ਮਤਲਬ ਪ੍ਰਮਾਣਿਤ ਗੱਲ ਤਾਂ ਨਹੀਂ ਕਹਿ ਸਕਦੇ ਜੀ, ਵੀ ਇੱਕ ਰਿਪੋਰਟਰ ਦੀ ਰਿਪੋਰਟ ਹੈ, ਰਿਪੋਰਟ ਸੱਚ ਵੀ ਹੋ ਸਕਦੀ ਹੈ, ਰਿਪੋਰਟ ਝੂਠ ਵੀ ਹੋ ਸਕਦੀ ਹੈ ਜੀ। ਜਿਹੜੀ ਮਤਲਬ ਗੱਲ ਜੇ ਕੈਨੇਡਾ ਦੀ ਸਰਕਾਰ ਨੇ ਕਹੀ ਹੈ ਉਹ ਇੱਕ ਜ਼ਿੰਮੇਵਾਰੀ ਵਾਲੀ ਗੱਲ ਹੈ, ਉਹਦੇ ਲਈ ਕੈਨੇਡਾ ਦੀ ਸਰਕਾਰ ਨੂੰ ਜੇ ਉਹ ਸੱਚ ਨਹੀਂ ਨਿਕਲਦਾ ਤਾਂ ਪੂਰੀ ਦੁਨੀਆ ਦੇ ਸਾਹਮਣੇ ਹੈ ਜਿਹੜਾ ਉਹ ਝੂਠਾ ਹੋਣਾ ਪੈਣਾ ਹੈਗਾ, ਉਹਦੀ ਬੜੀ ਵਧੀਆ ਹੋਣੀ ਹੈ। ਜੇ ਸੱਚਮੁੱਚ ਇੰਡੀਆ ਦਾ ਕੋਈ ਹੱਥ ਨਹੀਂ ਨਿਕਲਦਾ ਨਾ ਤਾਂ ਕੈਨੇਡਾ ਦੀ ਸਰਕਾਰ ਕੋਲੇ ਮੁੜ ਕੇ ਲੋਕਾਂ ਦੇ ਸਾਹਮਣੇ ਮੂੰਹ ਦਿਖਾਉਣ ਨੂੰ ਮਤਲਬ ਜਗ੍ਹਾ ਨਹੀਂ ਬਚਣੀ ਹੈਗੀ। ਇਸ ਤਰ੍ਹਾਂ ਐਡਾ ਵੱਡਾ ਦੋਸ਼ ਲਾ ਦੇਣਾ ਕਿਸੇ ਮੁਲਕ ਦੇ ਉੱਪਰ ਤੇ ਉਹਦਾ ਉਹ ਜਵਾਬ ਕੀ ਦੇਣਗੇ? ਉਹ ਸਰਕਾਰ ਹੈਗੀ, ਸਰਕਾਰ ਨੂੰ ਮਤਲਬ ਲੋਕਾਂ ਦੇ ਸਾਹਮਣੇ ਜਵਾਬ ਦੇ ਆ ਉਹ ਪੂਰੀ ਦੁਨੀਆ ਦੇ ਸਾਹਮਣੇ, ਜਿਹੜੀ ਇਸ ਤਰ੍ਹਾਂ ਦੀ ਗੱਲ ਉਹਨੇ ਕਹੀ ਹੈ ਜੀ। ਪਰ ਇੱਕ ਰਿਪੋਰਟਰ ਵੱਲੋਂ ਮੈਂ ਇਹੋ ਜਿਹੀ ਇੱਕ ਗੱਲ ਕਰ ਦੇਣੀ ਤਾਂ ਉਹ ਹੋ ਸਕਦਾ ਵੀ ਉਹ ਕੱਲ੍ਹ ਨੂੰ ਰਿਪੋਰਟਿੰਗ ਆ, ਹੁਣ ਆਪਾਂ ਵੀ ਤੇ ਰਿਪੋਰਟਾਂ ਤਿਆਰ ਕਰਦੇ ਹਾਂ, ਕਿੰਨੀਆਂ ਬਹੁਤ ਸਾਰੀਆਂ ਰਿਪੋਰਟਾਂ ਆਪਣੀਆਂ ਸਹੀ ਵੀ ਹੁੰਦੀਆਂ, ਬਹੁਤ ਸਾਰੀਆਂ ਗਲਤ ਵੀ ਨਿਕਲ ਜਾਂਦੀਆਂ ਨੇ। ਹਰ ਰਿਪੋਰਟ ਆਪਣੀ ਕਦੇ ਸਹੀ ਨਹੀਂ ਹੋ ਸਕਦੀ ਕਿਸੇ ਵੀ ਰਿਪੋਰਟਰ ਦੀ, ਮੈਂ ਕਹਿਣਾ ਇਹ ਆਪਣਾ ਆਪਾਂ ਨਹੀਂ ਹੈ ਵੀ ਕੋਈ ਵੀ ਰਿਪੋਰਟਰ ਹੈ ਉਹ 100% ਉਹਦੀਆਂ ਸਾਰੀਆਂ ਰਿਪੋਰਟਾਂ, ਕਿਉਂਕਿ ਉਹਦੇ ਕੋਲੇ ਹੁੰਦੇ ਆ ਉਹਦੇ ਸੂਤਰ ਨੇ, ਸੋਰਸ ਨੇ, ਤੇ ਉਹ ਸੋਰਸਾਂ ਨੂੰ ਜੋੜ ਕੇ ਇੱਕ ਕੜੀ ਆ ਉਹਨੇ ਬਣਾਉਣੀ ਹੈਗੀ। ਕੜੀ ਬਣਾਉਣ ਦੇ ਵਿੱਚ ਉਹਦੇ ਵਿੱਚ ਆਪਣਾ ਵੀ ਮਤਲਬ ਹੁੰਦਾ ਹੈ, ਇਹਦੇ ਨਾਲ ਜਿਹੜਾ ਰਿਪੋਰਟਰ ਹੈ ਉਹਦਾ ਝੁਕਾਅ ਕਿਹਦੇ ਵੱਲ ਹੈ, ਇਹ ਵੀ ਵੱਡੀ ਗੱਲ ਹੋ ਜਾਂਦੀ ਹੈਗੀ ਕਿਤੇ ਨਾ ਕਿਤੇ। ਮਤਲਬ ਕੋਈ ਜਿਹੜਾ ਦੇਖੋ ਹੁਣ ਆਪਣੇ ਵਿੱਚ ਹੀ ਆਪਾਂ ਗੱਲ ਕਰਦੇ ਹਾਂ, ਜੇ ਕੋਈ ਖੱਬੇ ਪੱਖੀ ਸੋਚਦੇ ਜਿਹੜੇ ਰਿਪੋਰਟਰ ਹੈ ਉਹਨਾਂ ਦੀ ਤੁਸੀਂ ਕੋਈ ਵੀ ਜਦੋਂ ਰਿਪੋਰਟ ਦੇਖੋਗੇ ਉਹਦੀ ਉਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਉਹ ਝੁਕਾ ਉਹਦਾ ਖੱਬੇ ਪੱਖੀ ਪਾਸੇ ਚਲਿਆ ਜਾਣਾ ਗਾ। ਇਸੇ ਤਰ੍ਹਾਂ ਜਿਹੜੇ ਰਿਪੋਰਟਰ ਮਤਲਬ ਸਾਡਾ ਜਿਹਨੂੰ ਅਸੀਂ ਗੋਦੀ ਮੀਡੀਆ ਕਹਿ ਦਿੰਦੇ ਹਾਂ, ਨੈਸ਼ਨਲ ਮੀਡੀਆ ਕਹਿ ਦਿੰਦੇ ਹਾਂ, ਰਿਪੋਰਟਾਂ ਤਾਂ ਉਹਨਾਂ ਦੀਆਂ ਵੀ ਹੁੰਦੀਆਂ ਨੇ, ਉਹਨਾਂ ਦੀਆਂ ਰਿਪੋਰਟਾਂ ਉਧਰਲੇ ਪਾਸੇ ਨੂੰ ਜਾਂਦੀਆਂ ਨੇਗੀਆਂ। ਸੋ ਇਹ ਬਹੁਤ ਕੁਝ ਇਹਦੇ ਬਾਰੇ ਹੁੰਦਾ, ਇੱਕ ਰਿਪੋਰਟਰ ਦਾ ਹੈ ਉਹਨਾਂ ਨੇ ਜਿਹੜਾ ਇਹ ਦਾਅਵਾ ਕੀਤਾ ਹੈ ਉਹਨਾਂ ਦੇ ਕੀ ਸੋਰਸ ਨੇ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਕੋਈ ਵੀ ਚੈਨਲ ਹੈ ਜਾਂ ਕੋਈ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਰਿਪੋਰਟਰ ਹੈ ਜਾਂ ਕੋਈ ਨਿਊਜ਼ ਏਜੰਸੀ ਹੈ, ਉਹਨੂੰ ਇਹ ਵੀ ਹੁੰਦਾ ਵੀ ਉਹ ਸੋਰਸ ਆਪਦੇ ਦੱਸੇ ਨਾ ਦੱਸੇ, ਉਹਦੇ ਨਾਲ ਕੋਈ ਆਪਣਾ ਕੋਈ ਕੰਪਲਸਰੀ ਨਹੀਂ, ਉਹਨੂੰ ਆਪਾਂ ਪੁੱਛ ਹੀ ਨਹੀਂ ਸਕਦੇ ਹੈਗੇ ਵੀ ਤੇਰੇ ਸੋਰਸ ਭਾਈ ਕੀ ਹੈ, ਉਹ ਇਹ ਵੀ ਉਹਦੇ ਕੋਲੇ ਕੋਰਟ ਵੱਲੋਂ ਅਥਾਰਟੀ ਹੈ, ਉਹ ਆਪਣੇ ਮਤਲਬ ਸੋਰਸ ਨਹੀਂ ਉਹ ਦੱਸਦਾ ਕਿਸੇ ਨੂੰ ਵੀ ਮੈਨੂੰ ਇਹ ਕਿੱਥੋਂ ਪਤਾ ਲੱਗਿਆ ਜਾਂ ਮੈਂ ਕਿਵੇਂ ਬਣਾ ਗੱਲ ਮੇਰੇ ਕੋਲੇ ਆਈ ਹੈਗੀ। ਸੋ ਉਹਦੀ ਮਰਜ਼ੀ ਤੇ ਹੈ ਵੀ ਉਹ ਸੋਰਸਾਂ ਨੂੰ ਓਪਨ ਕਰੇ ਨਾ ਕਰੇ। ਤੇ ਦੂਜੀ ਗੱਲ ਇਹ ਵੀ ਹੈ ਵੀ ਉਹ ਉਹਦੇ ਉੱਪਰ ਹੁਣ ਇਸ ਰਿਪੋਰਟ ਦੇ ਉੱਪਰ ਅੱਗੇ ਗੱਲ ਕਿੱਥੇ ਚੱਲਣੀ ਹੈ, ਰਿਪੋਰਟਰ ਨੇ ਤਾਂ ਗੱਲ ਲੈ ਆਂਦੀ, ਹੁਣ ਇਹਦੀ ਅੱਗੇ ਇਨਵੈਸਟੀਗੇਸ਼ਨ ਕੌਣ ਕਰੂਗਾ, ਕੀ ਅਮਰੀਕਾ ਦੀ ਸਰਕਾਰ ਕਰੂਗੀ, ਕੀ ਸਾਡੀ ਇੰਡੀਆ ਦੀ ਸਰਕਾਰ ਇਸ ਰਿਪੋਰਟ ਨੂੰ ਅੱਗੇ ਘੋਗ ਪੜਤਾਲ ਕਰੂ, ਕੋਈ ਸਾਡੀ ਏਜੰਸੀ ਕਰੂਗੀ, ਹੈ ਜੀ। ਇਹ ਵੀ ਤਾਂ ਇੱਕ ਵੱਡਾ ਹੈ ਜਿਹੜੀ ਗੱਲ ਉਹ ਕਹਿ ਰਹੇ ਨੇ ਵੀ ਚੀਨ ਨੇ ਇਹ ਇਸ ਕਰਕੇ ਕਰਵਾਇਆ ਗਾ।
ਸੋ ਬਹੁਤ ਕੁਝ ਮਤਲਬ ਉਹ ਚੀਨ ਦੀ ਮੂਲ ਦੇ ਉਹ ਹੈਗੇ ਨੇ, ਅਮਰੀਕਾ ਦੇ ਵਿੱਚ ਰਹਿ ਰਹੇ ਨੇ, ਸੋ ਬਹੁਤ ਕੁਝ ਇਹਦੇ ਨਾਲ ਬੜਾ ਕੁਝ ਇਸ ਤਰ੍ਹਾਂ ਦਾ ਜੁੜ ਵੀ ਸਕਦਾ ਆਪਣੇ ਮੁਲਕ ਦੇ ਨਾਲ। ਸਾਡੇ ਜਿਹੜੇ ਮਤਲਬ ਉੱਥੇ ਜਾ ਕੇ ਜੇ ਖਾਲਿਸਤਾਨੀਆਂ ਦੀ ਗੱਲ ਕਰਦੇ ਆ ਅਸੀਂ, ਤੇ ਉਹ ਵੀ ਤੇ ਭਾਰਤ ਦੇ ਨੇ, ਉਹ ਭਾਰਤ ਤੋਂ ਹੀ ਗਏ ਹੋਏ ਨੇ, ਉਹ ਭਾਰਤ ਦੇ ਵਿਰੋਧ ਦੇ ਵਿੱਚ ਕਿੰਨੀਆਂ ਗੱਲਾਂ ਜਿਹੜੀਆਂ ਆਉਂਦੀਆਂ ਨੇ ਸਾਡੇ ਕੋਲੇ ਆਉਂਦੇ ਆ। ਜੇ ਹੁਣ ਅਸੀਂ ਹਰਪਾ ਉਹਦੇ ਜਿਹੜਾ ਉਹ ਗੁਰਪਤਵੰਤ ਸਿੰਘ ਪੰਨੂ ਆ ਉਹਦੀ ਗੱਲ ਕਰਦੇ ਆ, ਉਹ ਵੀ ਤੇ ਭਾਰਤ ਦੇ ਵਿੱਚ ਹੀ ਬਿਲਕੁਲ ਗਿਆ ਹੋਇਆ ਗਾ। ਉਹਦੀਆਂ ਗਤੀਵਿਧੀਆਂ ਮਤਲਬ ਦੇਖ ਸਕਦੇ ਸੀ ਵੀ ਉਹ ਭਾਰਤ ਦੇ ਐਂਟੀ ਕਿੰਨੀਆਂ ਨੇ ਖਬਰਾਂ। ਹੁਣ ਉਹਦਾ ਮਤਲਬ ਭਾਰਤ ਦੇ ਨਾਲ ਕੀ ਉਹਦਾ ਇੱਥੋਂ ਇਸ ਤਰ੍ਹਾਂ ਦਾ ਮਨ ਮੁਟਾਵ ਹੈ, ਕੀ ਉਹਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ, ਜਾਂ ਕੀ ਉਹਦੇ ਮਗਰ ਮਗਰਲੀ ਗੱਲ ਕੀ ਉਹਦੇ ਪਰਦੇ ਪਿੱਛੇ। ਸੋ ਇਸੇ ਤਰ੍ਹਾਂ ਉਹ ਜਿਹੜਾ ਚੀਨ ਦੀ ਰਿਪੋਰਟਰ ਹੈ ਉਹ ਆਪਣੇ ਦੇਸ਼ ਨੂੰ ਕਿਉਂ ਨਿੰਦੂਗੀ, ਕੀ ਕਾਰਨ ਬਣੂਗਾ, ਇਹ ਵੀ ਤੇ ਬਹੁਤ ਵੱਡੀਆਂ ਗੱਲਾਂ ਨੇ ਨਾ। ਇਹਨੇ ਇਹਨਾਂ ਦੇ ਬਾਰੇ ਵੀ ਤੇ ਸੋਚਣਾ ਪਊਗਾ ਵੀ ਉਹ ਆਪਣੇ ਹੀ ਮੁਲਕ ਨੂੰ ਕਿਉਂ ਕਟਹਿਰੇ ਦੇ ਵਿੱਚ ਖੜਾ ਕਰ ਰਹੀ ਹੈਗੀ, ਵੀ ਸਾਰਾ ਕੁਝ ਮੇਰੇ ਮੁਲਕ ਨੇ ਕਰਿਆ ਕਰਾਇਆ ਗਾ। ਸੋ ਬਹੁਤ ਬਹੁਤ ਕੁਝ ਇਹਦੇ ਵਿੱਚ ਇਹਨੂੰ ਇਸ ਗੱਲ ਨੂੰ ਠੀਕ ਹੈ ਜਿਹੜਾ ਕੁਝ ਉਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਸਾਹਮਣੇ ਲਿਆਂਦਾ ਗਾ, ਇਹਦੇ ਉੱਪਰ ਪੜਤਾਲ ਕਰਨੀ ਬਣਦੀ ਹੈ। ਇਹਦੀ ਗੱਲ ਅਮਰੀਕਾ ਨੂੰ ਵੀ ਕਰਨੀ ਪੈਣੀ ਹੈ, ਤੇ ਜੇ ਭਾਰਤ ਹੈ ਤਾਂ ਭਾਰਤ ਦੀਆਂ ਏਜੰਸੀਆਂ ਨੂੰ ਵੀ ਕਰਨੀ ਚਾਹੀਦੀ ਹੈ ਵੀ ਕੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ। ਸੋ ਇਹ ਗੱਲ ਨਿਕਲਣੀ ਤਾਂ ਮਤਲਬ ਇਹਨਾਂ ਇਹਨਾਂ ਗੱਲਾਂ ਦੀ ਵੀ ਗੱਲ ਤਾਂ ਨਿਕਲਣੀ ਹੈ। ਜੇ ਜਿਵੇਂ ਹੁਣ ਕੈਨੇਡਾ ਵਾਰ ਵਾਰ ਫੇਰ ਕਹਿ ਰਿਹਾ, ਅੱਜ ਵੀ ਕੈਨੇਡਾ ਦੇ ਵਿੱਚੋਂ ਆਇਆ ਵੀ ਕਿ ਭਾਰਤ ਸਰਕਾਰ ਸਾਡੇ ਨਾਲ ਸਹਿਯੋਗ ਕਰੇ, ਤੇ ਜੇ ਸਹਿਯੋਗ ਇਹੋ ਜਿਹੀਆਂ ਚੀਜ਼ਾਂ ਦਾ ਫੇਰ ਹੀ ਸਾਹਮਣੇ ਆਉਣਗੀਆਂ ਨਾ, ਜੇ ਸਹਿਯੋਗ ਨਾਲ ਦੋਨੇ ਮੁਲਕ ਆ ਜਿਹੜੇ ਉਹ ਬਿਲ ਬੈਠ ਕੇ ਇਸ ਗੱਲ ਤੇ ਵਿਚਾਰ ਕਰਨਗੇ ਭਾਈ ਗੱਲ ਆ ਵੀ ਆ ਰਹੀ ਹੈ। ਨਾਲ ਉਹ ਜਦੋਂ ਉਹ ਜੀ ਭਾਰਤ ਤੇ ਜਿਹੜਾ ਇਲਜ਼ਾਮ ਲਾ ਰਹੇ ਨੇਗੇ ਕੈਨੇਡਾ ਵਾਲੇ ਵੀ ਭਾਈ ਤੁਸੀਂ ਕਰਾਇਆ, ਤਾਂ ਫਿਰ ਭਾਰਤ ਜੇ ਉਹਨਾਂ ਨਾਲ ਮਿਲ ਕੇ ਕੋਈ ਗੱਲ ਕਰਦਾ ਤਾਂ ਭਾਰਤ ਇਹ ਵੀ ਗੱਲ ਉਹਨਾਂ ਕੋਲੇ ਰੱਖ ਸਕਦਾ ਵੀ ਆਹ ਦੇਖੋ ਭਾਈ ਇੱਕ ਉੱਥੋਂ ਦੇ ਜੇ ਤੁਹਾਨੂੰ ਉੱਥੋਂ ਦੀ ਫਾਈਵ ਆਈ ਜਿਹੜੇ ਉਹ ਦੱਸ ਰਹੇ ਨੇ, ਤਾਂ ਅਮਰੀਕਾ ਦੇ ਜਿਹੜੇ ਰਿਪੋਰਟਰ ਨੇ ਉਹ ਤਾਂ ਆਹ ਗੱਲ ਕਹਿ ਰਹੇ ਨੇਗੇ, ਤੇ ਇਸ ਗੱਲ ਦੀ ਵੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਸੋ ਇਹ ਬਹੁਤ ਕੁਝ ਹੈ ਇਹਦੇ ਮਗਰ, ਮਤਲਬ ਸੱਚ ਹੋ ਸਕਦਾ ਆਪਾਂ ਕਹਿ ਇਹਦੇ ਵਿੱਚ ਕੋਈ ਡਿਨਾਈ ਨਹੀਂ ਵੀ ਜਿਹੜਾ ਰਿਪੋਰਟਰ ਦੀ ਰਿਪੋਰਟ ਆ ਉਹ ਵੀ ਕਿਸੇ ਨਾ ਕਿਸੇ ਬੁਨਿਆਦ ਤੇ ਤਾਂ ਖੜੀ ਹੈ, ਕੋਈ ਨਾ ਕੋਈ ਉਹਦਾ ਬੁਨਿਆਦ ਤਾਂ ਹੋਊਗੀ ਨਾ। ਸੋ ਇਹ ਵੱਡਾ ਮਤਲਬ ਅੰਤਰਰਾਸ਼ਟਰੀ ਪੱਧਰ ਦਾ ਮਸਲਾ ਹੈਗਾ, ਇਹਦੇ ਉੱਪਰ ਉਸ ਰਿਪੋਰਟਰ ਦੀ ਵੀ ਮਦਦ ਲੈਣੀ ਚਾਹੀਦੀ ਹੈ, ਮਿਲ ਬੈਠ ਕੇ ਮਤਲਬ ਇਸ ਮਾਮਲੇ ਨੂੰ ਵੀ ਇਹਦੀ ਤਹਿ ਤੱਕ ਜਾਣ ਦੀ ਜ਼ਰੂਰਤ ਹੈ। ਤਹਿ ਤੱਕ ਤਾਂ ਹੀ ਜਾਇਆ ਜਾਊਗਾ ਜੇ ਸਾਰੇ ਮਿਲ ਕੇ ਇਹਦੀ ਜਾਂਚ ਪੜਤਾਲ ਹੈ ਜਿਹੜੀ ਉਹ ਕਰਨਗੇ। ਜੀ, ਤੇ ਇਸੇ ਦੇ ਚੱਲਦੇ ਆਉਣ ਵਾਲੇ ਸਾਲ ਦੇ ਵਿੱਚ ਜੋ ਲੋਕ ਸਭਾ ਚੋਣਾਂ ਆਉਣ ਵਾਲੀਆਂ ਉਹਨਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਵੱਲੋਂ ਸਿਰ 5 ਰਾਜਾਂ ਦੀਆਂ ਜਿਹੜੀਆਂ ਚੋਣਾਂ ਦਾ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਇਹਨੂੰ ਇੱਕ ਤਰੀਕੇ ਦੇ ਨਾਲ ਸੈਮੀ ਫਾਈਨਲ ਹੀ ਕਿਹਾ ਜਾ ਰਿਹਾ ਲੋਕ ਸਭਾ ਚੋਣਾਂ ਦਾ। ਸੋ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਰ ਜਿਸ ਵੀ ਪਾਰਟੀ ਦੀ ਹੋਊਗੀ, ਸੋ ਇਸ ਦਾ ਕਿੰਨਾ ਪ੍ਰਭਾਵ ਦੇਖਣ ਨੂੰ ਮਿਲੂਗਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ? ਦੇਖੋ ਜੀ, ਦੋ ਵੱਡੇ ਰਾਜ ਨੇਗੇ, ਰਾਜਸਥਾਨ, ਮੱਧ ਪ੍ਰਦੇਸ਼ ਤੇ ਦੇ ਨਾਲ ਤੇਲੰਗਾਨਾ, ਛੱਤੀਸਗੜ੍ਹ, ਮਿਜ਼ੋਰਮ, ਪੰਜ ਬਿਲਕੁਲ ਇਹ ਸੂਬੇ ਨੇ ਜਿੱਥੇ ਚੋਣਾਂ ਹੋਣੀਆਂ ਨੇਗੀਆਂ। ਤੇ ਵਾਕਈ ਜਿਵੇਂ ਤੁਸੀਂ ਕਹੇ ਸੈਮੀ ਫਾਈਨਲ ਹੀ ਹੈਗਾ, ਕਿਉਂਕਿ ਇਸ ਤੋਂ ਬਾਅਦ ਹੀ ਜਿਹੜੀ ਲੋਕ ਸਭਾ ਦੀ ਚੋਣ ਆ ਜਾਣੀ ਆ ਤੇ ਇਹਨਾਂ ਚੋਣਾਂ ਨੇ ਦੱਸਣਾਗਾ। ਤੇ ਦੂਜੀ ਗੱਲ ਇਹਦੇ ਚ ਇਹ ਆ ਵੀ ਇਹਨਾਂ ਦੇ ਵਿੱਚ ਵੱਡਾ ਇਹ ਆ ਵੀ ਇਹਨਾਂ ਸੂਬਿਆਂ ਦੇ ਵਿੱਚ ਕਾਂਗਰਸ ਆ ਜਿਹੜੀ ਉਹ ਸੱਤਾ ਦੇ ਵਿੱਚ ਹੈਗੀ, ਦੋ ਤਿੰਨ ਸੂਬਿਆਂ ਦੇ ਵਿੱਚ ਤਕਰੀਬਨ ਕਾਂਗਰਸ ਸੱਤਾ ਦੇ ਵਿੱਚ ਹੈਗੀ। ਤੇ ਸੱਤਾਧਾਰੀ ਧਿਰ ਨੂੰ ਦੁਬਾਰੇ ਆਉਣਾ, ਜੇ ਤਾਂ ਕਾਂਗਰਸ ਦੁਬਾਰੇ ਰਿਪੀਟ ਕਰਦੀ ਹੈ ਤਾਂ ਤਾਂ ਨਹੀਂ, ਅਕਸਰ ਇਹ ਹੁੰਦਾ ਵੀ ਸੱਤਾਧਾਰੀ ਧਿਰ ਆ ਜਿਹੜੀ ਉਹ ਤੋਂ ਲੋਕ ਨਾਰਾਜ਼ ਹੋਏ ਹੁੰਦੇ ਆ, ਦੂਸਰੀ ਧਿਰ ਨੂੰ ਚੁਣ ਲੈਂਦੇ ਆ। ਸੋ ਇਹਦੇ ਚ ਲੱਗਦਾ ਇਹ ਹੈ ਵੀ ਇਹਦੇ ਵਿੱਚ ਬੀਜੇਪੀ ਨੂੰ ਫਾਇਦਾ ਹੋਣ ਦੇ ਆਸਾਰ ਜ਼ਿਆਦਾ ਲੱਗਦੇ ਨੇ, ਕਿਉਂਕਿ ਜੇ ਕਾਂਗਰਸ ਦੇ ਹੱਥੋਂ ਇਹ ਰਾਜ ਨਿਕਲਦੇ ਨੇ ਤੇ ਬੀਜੇਪੀ ਦੇ ਹੱਥ ਆਉਂਦੇ ਨੇ ਤਾਂ ਬੀਜੇਪੀ ਆ ਜਿਹੜੀ ਉਹਨੂੰ ਬੜਾ ਵੱਡੀ ਬੂਸਟ ਮਿਲਣੀ ਹੈ ਜੀ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇਗੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ। ਸੋ ਇਹ ਨਵੰਬਰ ਦਾ ਮਹੀਨਾ ਜਿਹੜਾ ਚੁਣਿਆ ਗਿਆ ਤੇ 3 ਦਸੰਬਰ ਨੂੰ ਇਹਦੇ ਰਿਜ਼ਲਟ ਆਉਣੇ ਆ, ਤੇ ਨਵੰਬਰ ਦੇ ਮਹੀਨੇ ਦੇ ਵਿੱਚ ਵੱਖ ਵੱਖ ਤਰੀਕਾਂ ਨੇਗੀਆਂ। ਸ਼ਾਇਦ ਮੱਧ ਪ੍ਰਦੇਸ਼ ਦੇ ਵਿੱਚ 2-3 ਪੜਾਅ ਰੱਖੇ ਗਏ ਆ, ਬਾਕੀ ਤਾਂ ਇੱਕ ਇੱਕ ਵਾਰੀ ਆ ਜਿਹੜੀ ਇਹ ਚੋਣ ਹੋ ਜਾਣੀ ਹੈਗੀ। ਸੋ ਇਹ ਇਸ ਤਰ੍ਹਾਂ ਮਤਲਬ ਰਾਜਸਥਾਨ ਦੇ ਵਿੱਚ ਇਹ 23 ਨਵੰਬਰ ਨੂੰ ਵੋਟਾਂ ਪੈਣੀਆਂ ਨੇ, ਤੇ ਮੱਧ ਪ੍ਰਦੇਸ਼ ਦੇ ਵਿੱਚ 17 ਨਵੰਬਰ ਨੂੰ ਪੈਣੀਆਂ ਨੇ, ਛੱਤੀਸਗੜ੍ਹ ਦੇ ਵਿੱਚ 7 ਨਵੰਬਰ ਨੂੰ ਤੇ ਮਿਜ਼ੋਰਮ ਦੇ ਵਿੱਚ ਵੀ 7 ਨੂੰ, ਪਰ ਤੇਲੰਗਾਨਾ ਦੇ ਵਿੱਚ ਜਿਹੜਾ 30 ਨਵੰਬਰ ਨੂੰ ਵੋਟਾਂ ਪੈਣਗੀਆਂ, ਉਦੋਂ ਬਾਅਦ ਇਹਦੇ ਰਿਜ਼ਲਟ ਆ ਜਿਹੜੇ ਇਹ 3 ਦਸੰਬਰ ਨੂੰ ਆਉਣਗੇ। ਤੇ ਹੁਣ ਆਪਾਂ ਜੇ ਗੱਲ ਕਰਦੇ ਹਾਂ ਰਾਜਸਥਾਨ ਵਿਧਾਨ ਸਭਾ ਦੀ, ਤਾਂ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਇਸ ਵੇਲੇ ਕਾਂਗਰਸ ਹੈ ਜਿਹੜੀ ਉਹਦੀ ਸਰਕਾਰ ਹੈ, ਤੇ ਕਾਂਗਰਸ ਦਾ ਮੁੱਖ ਮੰਤਰੀ ਹੈ ਉੱਥੇ ਅਸ਼ੋਕ ਗਹਿਲੋਤ, ਤੇ ਇਹ ਦਾਅਵਾ ਤਾਂ ਕਰ ਰਿਹਾ ਵੀ ਉਹ ਦੁਬਾਰੇ ਆਉਣਗੇ। ਤੇ ਦੂਜੇ ਪਾਸੇ ਪਹਿਲਾਂ ਭਾਜਪਾ ਦੀ ਸਰਕਾਰ ਰਹੀ ਹੈ, ਭਾਜਪਾ ਵੀ ਉਡੀਕ ਰਹੀ ਹੈ ਵੀ ਸ਼ਾਇਦ ਹੁਣ ਐਤਕੀ ਉਹਦੀ ਵਾਰੀ ਹੈਗੀ। ਪਰ ਇਹਦੇ ਵਿੱਚ ਇੱਕ ਹੋਰ ਗੱਲ ਆ ਜਿਹੜੀ ਸੋਚਣ ਵਾਲੀ ਇਹ ਹੈ ਉੱਥੇ ਦੱਸਣ ਵਾਲੀ ਆਪਣੇ ਮਤਲਬ ਦਰਸ਼ਕਾਂ ਨੂੰ ਕਿ ਭਾਜਪਾ ਦੇ ਵਿੱਚ ਐਤਕੀ ਏਕਤਾ ਨਹੀਂ ਹੈਗੀ, ਉੱਥੇ ਰਾਜਸਥਾਨ ਦੇ ਵਿੱਚ ਪਾਟੋ ਧਾੜ ਕਾਫੀ ਹੈਗੀ।
ਤੇ 200 ਸੀਟਾਂ ਨੇ ਗਿਆ ਰਾਜਸਥਾਨ ਦੀਆਂ ਸਾਰੀਆਂ, ਤੇ ਜਿਹੜੀ ਵੀ ਪਾਰਟੀ ਹੈ 100 ਤੋਂ ਪਲੱਸ ਹੋਊ, 101 ਹੋਊਗੀ, ਤੇ ਉਹ ਮਤਲਬ ਰਾਜ ਕਰ ਸਕੂਗੀ ਉੱਥੇ। ਉਹਦੇ ਉਹਦੇ ਹੱਥ 'ਚ ਆ ਜਿਹੜੀ ਸੱਤਾ ਹੋਣੀ ਹੈਗੀ। ਤੇ ਇਹ 2018 ਦੇ ਵਿੱਚ ਜਿਹੜੀ ਪਹਿਲੀ ਚੋਣ ਹੋਈ ਆ, ਹੁਣ ਜਿਹੜੀ ਸਰਕਾਰ ਚੱਲ ਰਹੀ ਹੈ, ਇਹਦੇ ਵਿੱਚ ਉਦੋਂ ਜਿਹੜੀਆਂ 99 ਸੀਟਾਂ ਨੇ ਗੀਆਂ ਉਹ ਜਿੱਤੀ ਸੀਗੀ ਕਾਂਗਰਸ, ਤੇ ਦੂਜੀ ਪਾਰਟੀ ਵੱਡੀ ਪਾਰਟੀ ਉੱਥੇ ਸੀਗੀ ਭਾਜਪਾ, ਜਿਹੜੀ ਕਿ 63 ਸੀਟਾਂ 73 ਸੀਟਾਂ ਸੀ ਇਹਦੇ ਕੋਲੇ। ਸੋ 73 ਇਹਦੇ ਵਿੱਚ 6 ਸੀਗੇ ਉਸ ਸਮੇਂ ਬਹੁਜਨ ਸਮਾਜ ਪਾਰਟੀ ਦੇ 6 ਵਿਧਾਇਕ ਜਿੱਤੇ ਸੀਗੇ, ਪਰ ਉਹ ਸੀਏ ਦੇ ਸੀਏ ਬਾਅਦ ਦੇ ਵਿੱਚ ਕਾਂਗਰਸ ਦੇ ਵਿੱਚ ਚਲੇ ਗਏ, ਸਾਰੇ ਦੇ ਸਾਰੇ ਉਹ 6 ਦੇ 6 ਜਿਹੜੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ। ਤੇ ਇਹਦੇ 'ਚ ਕੁਝ ਸੀਟਾਂ ਤੇ ਫਿਰ ਜ਼ਿਮਨੀ ਚੋਣਾਂ ਵੀ ਹੋਈਆਂ, ਤੇ ਉਹ ਕੁੱਲ ਮਿਲਾ ਕੇ ਉਹ ਕਾਂਗਰਸ ਜਿੱਤ ਗਈ। ਇਸ ਤਰ੍ਹਾਂ ਸਾਰਾ ਰਲਾ ਮਿਲਾ ਕਰਕੇ ਅਖੀਰ ਦੇ ਵਿੱਚ ਹੁਣ ਇਸ ਕਾਂਗਰਸ ਕੋਲੇ ਹੋ ਗਈਆਂ ਸੀ 108 ਸੀਟਾਂ ਉੱਥੇ, ਤੇ ਭਾਜਪਾ ਕੋਲੇ 3 ਸੀਟਾਂ ਘਟ ਗਈਆਂ ਸੀਗੀਆਂ ਜ਼ਿਮਨੀ ਚੋਣ ਜਾਣ ਹੋਣ ਦੇ ਚੱਕਰ 'ਚ, ਤੇ ਉਹ ਰਹਿ ਗਈ ਫਿਰ 70 ਸੀਟਾਂ ਦੇ ਉੱਪਰ। ਹੁਣ ਭਾਜਪਾ ਕੋਲੇ 70 ਵਿਧਾਇਕ ਨੇ ਇਸ ਵੇਲੇ, ਤੇ ਜਿਹੜੀ ਕਾਂਗਰਸ ਆ ਉਹਦੇ 108 ਵਿਧਾਇਕ ਨੇ ਰਾਜਸਥਾਨ ਦੇ ਵਿੱਚ। ਤੇ ਇਹਦੇ ਨਾਲ ਨਾਲ ਜਿਹੜੀ ਉੱਥੇ RLPA ਉਹਦੇ 3 ਨੇ, ਤੇ 13 ਜਿਹੜੇ ਵਿਧਾਇਕ ਨੇ ਉਹ ਆਜ਼ਾਦ ਜਿੱਤੇ ਹੋਏ ਨੇਗੇ। ਤੇ ਇਸੇ ਤਰ੍ਹਾਂ ਜਿਹੜਾ ਕਾਮਰੇਡ ਨੇਗੇ ਉਹਨਾਂ ਕੋਲੇ ਵੀ 2 ਸੀਟਾਂ ਨੇਗੀਆਂ ਉੱਥੇ, ਤੇ ਆ ਜਿਹੜੀ RLD ਆ ਉਹਦਾ ਵੀ 1 ਵਿਧਾਇਕ ਆ। ਸੋ ਇਹ ਸਥਿਤੀ ਆ ਜਿਹੜੀ ਪਿਛਲੀ ਸਰਕਾਰ ਦੀ ਹੈਗੀ, ਤੇ ਇਸ ਵਾਰ ਹੁਣ ਦੇਖਦੇ ਹਾਂ ਵੀ ਉਹਦੇ ਵਿੱਚ ਕਿਸ ਤਰ੍ਹਾਂ ਦਾ ਰਿਜ਼ਲਟ ਹੈ ਜਿਹੜਾ ਉਹ ਰਹੂਗਾ। ਤੇ ਇਹ 23 ਨਵੰਬਰ ਨੂੰ ਜਿਹੜੀ ਵੋਟਾਂ ਪੈਣੀਆਂ ਨੇਗੀਆਂ, ਤੇ ਇਹਦੇ ਰਿਜ਼ਲਟ ਜਿਵੇਂ ਦੱਸਿਆ ਵੀ 3 ਨਵੰਬਰ ਨੂੰ ਉਸੇ ਤਰ੍ਹਾਂ ਹੀ ਆਉਣੇ ਆ। ਤੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀਆਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ 3 ਪੜਾਅ ਰੱਖੇ ਨੇ ਉੱਥੇ, 3 ਵਾਰ ਵੋਟਾਂ ਪੈਣਗੀਆਂ, 3 ਤਰੀਕਾਂ ਰੱਖੀਆਂ ਗਈਆਂ ਨੇਗੀਆਂ। ਤੇ ਇਹ 15 ਜਿਹੜਾ ਦਸੰਬਰ ਨੂੰ ਵੋਟਾਂ ਦੀ ਗਿਣਤੀ ਆ ਜਿਹੜੀ, ਇਹ ਕਿਹਾ ਜਾਂਦਾ ਵੀ ਉੱਥੇ ਹੋਊਗੀ, ਬਾਕੀ ਤਿੰਨ ਦੀ ਆ ਸਾਰਿਆਂ ਦੀ। ਤੋਂ ਇਹ ਜਿਹੜਾ ਹੈਗਾ ਚੋਣਾਂ ਜਿਹੜੀਆਂ ਉਹ 17 ਨਵੰਬਰ ਨੂੰ ਹੋਣੀਆਂ ਨੇਗੀਆਂ, ਤੇ ਨਤੀਜੇ ਆ ਜਿਹੜੇ ਇਹਨਾਂ ਦੇ ਉਹੀ ਆਉਣੇ ਆਗੇ ਜਿਸ ਤਰ੍ਹਾਂ 3 ਦਸੰਬਰ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ। ਇੱਥੇ 230 ਸੀਟਾਂ ਨੇ ਗੀਆਂ ਜੇ ਮੱਧ ਪ੍ਰਦੇਸ਼ ਦੀ ਗੱਲ ਕਰੀਏ, ਤੇ ਇੱਥੇ 116 ਸੀਟਾਂ ਮਤਲਬ ਚਾਹੀਦੀਆਂ ਸਰਕਾਰ ਬਣਾਉਣ ਦੇ ਲਈ। ਤੇ ਇਹਦੇ ਵਿੱਚ ਵੀ ਜਿਹੜੀਆਂ ਅਸਲ ਦੇ ਵਿੱਚ ਜਿਵੇਂ ਆਪਾਂ ਰਾਜਸਥਾਨ ਦੇ ਵਿੱਚ ਕਿਹਾ ਵੀ ਆਹਮਣੋ ਸਾਹਮਣੀ ਭਾਜਪਾ ਤੇ ਕਾਂਗਰਸ ਹੈ, ਇੱਥੇ ਵੀ ਆਹਮਣੋ ਸਾਹਮਣੀ ਜਿਹੜੀ ਦੋਨੇ ਪਾਰਟੀਆਂ ਵੱਡੀਆਂ ਪਾਰਟੀਆਂ ਜੇ ਆਪਾਂ ਕਹਿ ਸਕਦੇ ਹਾਂ, ਤੇ ਉਹ ਕਾਂਗਰਸ ਤੇ ਭਾਜਪਾ ਹੀ ਆ। ਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਵੀ ਐਤਕੀ ਇਹਨਾਂ ਵਿੱਚ ਆਊਗੀ, ਰਾਜਸਥਾਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਚੋਣ ਲੜਨੀ ਹੈ, ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ, ਕਿਉਂਕਿ ਆਮ ਆਦਮੀ ਪਾਰਟੀ ਵੀ ਹੁਣ ਨੈਸ਼ਨਲ ਪਾਰਟੀ ਬਣ ਚੁੱਕੀ ਹੈ, ਤੇ ਇਹਨਾਂ ਨੇ ਵੀ ਤਿਆਰੀ ਹੈ ਜਿਹੜੀ ਇਹਨਾਂ ਦੋਨਾਂ ਰਾਜਾਂ ਦੇ ਵਿੱਚ ਕੀਤੀ ਹੋਈ ਹੈ ਜੀ। 2018 ਦੇ ਵਿੱਚ ਜਿਹੜੀ ਚੋਣ ਹੋਈ ਸੀ, ਜਿਹੜੀ ਮੌਜੂਦਾ ਵਿਧਾਨ ਸਭਾ ਹੁਣ ਚੱਲ ਰਹੀ ਹੈ, ਇਹਦੇ ਵਿੱਚ ਕਾਂਗਰਸ ਕੋਲੇ 114 MLA ਕਾਂਗਰਸ ਦੇ ਜਿੱਤੇ ਸੀਗੇ, ਤੇ ਭਾਜਪਾ ਦੇ 15 ਸਾਲਾਂ ਦਾ ਜਿਹੜਾ ਇੱਕ ਤਰ੍ਹਾਂ ਉੱਥੋਂ ਦਾ ਸ਼ਾਸਨ ਚੱਲਦਾ ਸੀਗਾ ਉਹਨੂੰ ਹਟਾ ਕੇ ਕਾਂਗਰਸ ਨੇ ਸਰਕਾਰ ਆ ਜਿਹੜੀ ਬਣਾਈ ਸੀ। 3 ਵਾਰ ਪਹਿਲਾਂ ਉਦੋਂ ਜਿੱਥੇ ਕਾਂਗਰਸ ਭਾਜਪਾ ਦੀ ਸਰਕਾਰ ਆ ਜਿਹੜੀ ਰਹੀ ਸੀਗੀ, ਤੇ ਇਹ ਪਿਛਲੀ ਵਾਰ 114 ਸੀਟਾਂ ਨਾਲ ਕਾਂਗਰਸ ਨੇ ਸਰਕਾਰ ਬਣਾਈ ਸੀ, ਭਾਜਪਾ ਨੂੰ ਮਿਲੀਆਂ ਸੀ 109 ਸੀਟਾਂ। ਤੇ ਪਰ ਬਾਅਦ ਦੇ ਵਿੱਚ ਜਿਹੜਾ ਉਹ ਜੋਤੀ ਰਾਏ ਸਿੰਧੀਆ ਸੀ ਉਹ ਆਪਣੇ ਸਮਰਥਕਾਂ ਦਾ ਨਾਲ ਭਾਜਪਾ 'ਚ ਸ਼ਾਮਲ ਹੋ ਗਿਆ, ਤੇ ਫਿਰ ਇਹ ਕਾਂਗਰਸ ਦੀ ਸਰਕਾਰ ਹੈ ਜਿਹੜੀ ਡਿੱਗ ਪਈ ਸੀ ਉੱਥੇ। ਤੇ ਉਦੋਂ ਬਾਅਦ ਸ਼ਿਵਰਾਜ ਚੌਹਾਨ ਦੀ ਅਗਵਾਈ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਭਾਜਪਾ ਨੇ ਬਣਾ ਲਈ ਸੀਗੀ। ਤੇ ਇਸ ਵੇਲੇ ਹੁਣ ਜੇ ਆਪਾਂ ਗੱਲ ਕਰੀਏ ਇਸ ਮੌਕੇ ਮੌਜੂਦਾ ਦੀ, ਤਾਂ ਮੌਜੂਦਾ ਹੁਣ ਸਦਨ ਦੇ ਵਿੱਚ ਉੱਥੇ 127 ਆ ਜਿਹੜੇ MLA ਉਹ ਭਾਜਪਾ ਕੋਲੇ ਆ, ਤੇ ਕਾਂਗਰਸ ਦੇ ਕੋਲੇ 96 ਰਹਿ ਗਏ, ਕਿਉਂਕਿ ਉਹ ਜਿਹੜਾ ਜੋਤੀ ਰਾਏ ਸਿੰਧੀਆ ਸੀ ਉਹ ਕਾਫੀ ਵਿਧਾਇਕ ਲੈ ਕੇ ਭਾਜਪਾ ਦੇ ਵਿੱਚ ਚਲਿਆ ਗਿਆ ਸੀਗਾ। ਤੇ ਬਸਪਾ ਦੇ ਵੀ 2 ਨੇਗੇ, ਇਹਦੇ ਸਮਾਜਵਾਦੀ ਪਾਰਟੀ ਦਾ 1 ਹੈ, 4 ਵਿਧਾਇਕ ਉੱਥੇ ਆਜ਼ਾਦ ਜਿੱਤੇ ਹੋਏ ਨੇ। ਛੱਤੀਸਗੜ੍ਹ ਦੀ ਗੱਲ ਕਰੀਏ, ਛੱਤੀਸਗੜ੍ਹ ਦੇ ਵਿੱਚ ਵੀ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ 2018 ਦੇ ਵਿੱਚ, ਤੇ ਉੱਥੇ ਵੀ 15 ਸਾਲ ਪਹਿਲਾਂ ਜਿਹੜੀ ਚੱਲੀ ਆ ਰਹੀ ਭਾਜਪਾ ਦੀ ਸਰਕਾਰ ਹੈ ਉਹਨੂੰ ਤੋੜ ਕੇ ਕਾਂਗਰਸ ਨੇ ਸਰਕਾਰ ਆ ਜਿਹੜੀ ਬਣਾਈ ਸੀਗੀ। ਤੇ ਉੱਥੇ ਕਾਂਗਰਸ ਦਾ ਭੁਪੇਸ਼ ਬਘੇਲ ਹੈ ਉਹਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਛੱਤੀਸਗੜ੍ਹ ਦੇ ਵਿੱਚ ਕਾਂਗਰਸ ਦੀ ਸੀਗੀ। ਇੱਥੇ 7 ਤੇ 17 ਨਵੰਬਰ ਨੂੰ ਚੋਣਾਂ ਜਿਹੜੀਆਂ ਹੋਣੀਆਂ ਨੇਗੀਆਂ, ਨਤੀਜੇ ਇਹਦੇ ਵੀ 3 ਦਸੰਬਰ ਨੂੰ ਹੀ ਆਉਣੇ ਆ, ਤੇ ਕੁੱਲ ਸੀਟਾਂ 90 ਨੇਗੀਆਂ, ਤੇ ਬਹੁਮਤ ਦੇ ਲਈ 46 ਸੀਟਾਂ ਇੱਥੇ ਚਾਹੀਦੀਆਂ ਨੇਗੀਆਂ। ਤੇ ਹਾਲਾਂਕਿ ਇੱਥੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਵੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਹੈਗੀ, ਤੇ ਇਹਦੇ 'ਚ ਆਪਾਂ ਕਹਿ ਸਕਦੇ ਹਾਂ ਵੀ 2018 ਵਾਲੀਆਂ ਜਿਹੜੀਆਂ ਚੋਣਾਂ ਸੀਗੀਆਂ, ਜਿਹੜਾ ਹੁਣ ਮੌਜੂਦਾ
ਸਰਕਾਰ ਚੱਲਦੀ ਹੈ, ਇਹਦੇ ਵਿੱਚ ਕਾਂਗਰਸ ਦੇ 68 MLA ਨੇ ਤੇ ਭਾਜਪਾ ਕੋਲੇ 15 ਨੇ ਤੇ 7 ਸੀਟਾਂ ਹੋਰ ਇੱਧਰ ਉੱਧਰ ਜਾਂ ਕੁਝ ਆਜ਼ਾਦ ਵੀ ਨੇਗੇ। ਤੇ ਇਸੇ ਤਰ੍ਹਾਂ ਹੀ ਤੇਲੰਗਾਨਾ ਜਿਹੜਾ ਚੌਥਾ ਰਾਜ ਹੈ ਉਹਦੇ ਵਿੱਚ ਵੀ ਉੱਥੇ ਜਿਹੜੀ ਸਰਕਾਰ ਹੈ ਉਹ ਉਸ ਸਮੇਂ ਉਹਦਾ ਨਾਮ ਸੀ ਤੇਲੰਗਾਨਾ ਰਾਸ਼ਟਰ ਸੰਮਤੀ, ਜਿਹੜੀ ਬਾਅਦ ਦੇ ਵਿੱਚ ਉਹਨੂੰ ਭਾਰਤ ਰਾਸ਼ਟਰ ਸੰਮਤੀ ਦਾ ਨਾਂ ਨਾਲ ਜਾਣਿਆ ਜਾਣ ਲੱਗਿਆ, ਉਹਦਾ ਨਾਮ ਬਦਲੀ ਹੋ ਗਿਆ ਹੈਗਾ। ਉਹਦੇ ਕੋਲ 88 ਸੀਟਾਂ ਨੇ ਜੀ, ਤੇ 88 ਸੀਟਾਂ ਦੇ ਨਾਲ ਕੇ ਚੰਦਰ ਸ਼ੇਖਰ ਰਾਓ ਆ ਜਿਹੜੇ, ਉਹਨਾਂ ਨੇ ਸਰਕਾਰ ਬਣਾਈ ਹੋਈ ਹੈ। ਇਹਦਾ ਵੀ ਇੱਥੇ 30 ਨਵੰਬਰ ਨੂੰ ਚੋਣਾਂ ਹੋਣੀਆਂ, ਨਤੀਜੇ 3 ਦਸੰਬਰ ਨੂੰ ਇੱਥੇ ਆਉਣੇ ਆ। ਇਹਦੀਆਂ ਤੇਲੰਗਾਨਾ ਦੀਆਂ ਨੇ 119 ਸੀਟਾਂ ਕੁੱਲ, ਤੇ ਇੱਥੇ ਸਰਕਾਰ ਬਣਾਉਣ ਦੇ ਲਈ 60 ਸੀਟਾਂ ਜਿਹੜੀਆਂ ਉਹ ਚਾਹੀਦੀਆਂ ਨੇ ਗੀਆਂ। ਤੇਲੰਗਾਨਾ ਇਸ ਵਾਰ ਤੇਲੰਗਾਨਾ ਦੇ ਜਿਹੜੇ ਹਾਲਾਤ ਨੇ ਉਹ ਲੱਗਦਾ ਇਸ ਤਰ੍ਹਾਂ ਵੀ ਕਾਂਗਰਸ ਤੇ ਜਿਹੜੀ BRS ਦੇ ਵਿਚਾਲੇ ਟੱਕਰ ਹੋਣ ਦੀ ਸੰਭਾਵਨਾ ਉੱਥੇ, ਹਾਲਾਂਕਿ ਭਾਜਪਾ ਵੀ ਉੱਥੇ ਹੈਗੀ ਆਪਣਾ ਵਧੀਆ ਦਮਖਮ ਦਿਖਾਉਣ ਦੀ ਹਾਲਤ ਦੇ ਵਿੱਚ। 2018 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਤੇਲੰਗਾਨਾ ਰਾਸ਼ਟਰ ਸੰਮਤੀ ਹੈ ਜਿਹੜੀ ਕਿ ਹੁਣ ਆਪਾਂ ਕਹਿ ਸਕਦੇ BRS ਬਣ ਚੁੱਕੀ ਹੈ, ਇਹਨੇ 88 ਸੀਟਾਂ ਜਿੱਤੀਆਂ ਸੀਗੀਆਂ। ਤੇ ਇਹਦੇ ਜਿਹੜੇ ਉਹ ਚੰਦਰ ਸ਼ੇਖਰ ਰਾਓ ਸੀ ਉਹਨੇ ਇੱਥੇ ਸਰਕਾਰ ਬਣਾਈ ਸੀ। TRS ਤੋਂ ਬਾਅਦ ਦੂਜੀ ਵੱਡੀ ਪਾਰਟੀ ਕਾਂਗਰਸ ਰਹੀ ਸੀ ਇੱਥੇ, ਭਾਵੇਂ ਜਿਹੜੀ ਹੁਣ ਇਹ BRS ਬਣ ਗਈ ਹੈ। ਤੇ ਇਹਦੇ ਖਾਤੇ ਦੇ ਵਿੱਚ ਉਦੋਂ ਕਾਂਗਰਸ ਦੇ 19 ਸੀਟਾਂ ਆਈਆਂ ਸੀਗੀਆਂ। ਭਾਰਤੀ ਜਨਤਾ ਪਾਰਟੀ ਨੇ ਉੱਥੇ, ਭਾਜਪਾ ਨੇ ਉਹਦੇ 1 ਸੀਟ ਹੈ ਜਿਹੜੀ ਜਿੱਤੀ ਸੀਗੀ। ਤੇ ਇੱਥੇ ਇੱਕ ਉਹ ਵੀ ਹੈ ਜੀ ਜਿਹੜੇ ਉਹ ਮੁਸਲਿਮ ਆਗੂ ਨੇਗੇ, ਆਪਣੇ ਆਪ ਨੂੰ ਬੜੇ ਕੱਟੜ ਮੁਸਲਿਮ ਆਗੂ ਦੇ ਰੂਪ ਦੇ ਵਿੱਚ ਉਹਨਾਂ ਦੀ ਛਵੀ ਬਣੀ ਹੋਈ ਹੈ ਜੀ, ਜਿਹੜਾ ਅਸੂਦੁਦੀਨ ਓਵੈਸੀ। ਸੋ ਓਵੈਸੀ ਉਹਨਾਂ ਨੇ ਵੀ, ਉਹਨਾਂ ਦੀਆਂ ਵੀ 7 ਸੀਟਾਂ ਜਿੱਤੀਆਂ ਹੋਈਆਂ ਨੇ, ਉਹਨਾਂ ਕੋਲ ਵੀ 7 MLA ਉਹਨਾਂ ਦੇ ਵੀ ਸੀਗੇ ਪਿਛਲੀ ਵਾਰ। ਤੇ ਤੇਲਗੂ ਦੇਸ਼ਮ ਦੀਆਂ 2 ਜਿਹੜੀਆਂ ਸੀਟਾਂ ਸੀਗੀਆਂ ਇੱਥੇ। ਤੇ ਹੁਣ ਇਸ ਵਾਰ ਜਿਹੜਾ ਤੇਲਗੂ ਦੇਸ਼ਮ ਪਾਰਟੀ ਦੀ ਜਿਹੜੀ ਪਵਨ ਕਲਿਆਣ ਦੀ ਪਾਰਟੀ ਆ, ਉਹਨੇ ਜਨ ਸੈਨਾ ਦੇ ਨਾਲ ਇੱਕ ਪਾਰਟੀ ਹੋਰ ਆ ਉਹਦੇ ਨਾਲ ਗੱਠਜੋੜ ਕੀਤਾ ਹੋਇਆ ਇੱਥੇ। ਤੇ ਇਹ ਵੀ ਦੇਖਦੇ ਹਾਂ ਜੀ, ਮਤਲਬ ਇੱਥੇ ਜਿਹੜਾ ਅਸਲ ਦੇ ਵਿੱਚ ਕਾਂਗਰਸ BRS ਦੇ ਵਿਚਾਲੇ ਮੁਕਾਬਲਾ, ਜਿਹੜੀ ਕਿ ਭਾਰਤ ਰਾਸ਼ਟਰੀ ਸੰਮਤੀ ਹੈ ਜਿਹਦੀ ਸਰਕਾਰ ਹੈਗੀ ਬਣੀ ਹੋਈ ਉੱਥੇ, ਤੇ ਇਹਦੇ ਨਾਲ ਨਾਲ ਚੰਦਰ ਸ਼ੇਖਰ ਰਾਓ ਹੋਣੀ ਉਹਦੇ ਹੁਣ ਉੱਥੇ GM ਨੇਗੇ। ਸੋ ਉਹਨਾਂ ਦੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਟੱਕਰ ਹੈ। ਸੋ ਇਹਦੇ ਨਾਲ ਲੱਗਦਾ ਵੀ ਹੁਣ ਭਾਜਪਾ ਵੀ, ਹਾਲਾਂਕਿ ਪਿਛਲੀ ਵਾਰ ਇੱਕ ਵਿਧਾਇਕ ਸੀ, ਐਤਕੀ ਉੱਥੇ ਆਪਣੇ ਵਾਧਾ ਜਿਹੜੇ ਖਾਤਾ ਖੋਲ ਸਕਦੀ ਹੈ, ਵੱਧ ਵਿਧਾਇਕ ਭਾਜਪਾ ਦੇ ਵੀ ਆ ਸਕਦੇ ਨੇ ਜੀ। ਤੇ ਪੰਜਵਾਂ ਰਾਜ ਆ ਜਿਹੜਾ ਮਿਜ਼ੋਰਮ, ਮਿਜ਼ੋਰਮ ਦੇ ਵਿੱਚ ਸੱਤਾ ਦੇ ਵਿੱਚ 10 ਸਾਲ ਤੋਂ ਰਹੀ ਕਾਂਗਰਸ ਨੂੰ 2018 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਉਦੋਂ ਮਿਜ਼ੋ ਨੈਸ਼ਨਲ ਫਰੰਟ ਆ ਜਿਹੜਾ ਉਹ ਜਿੱਤ ਗਿਆ ਸੀਗਾ, ਉਹਨੇ ਸਰਕਾਰ ਬਣਾਈ ਸੀ। ਤੇ ਇਹਦੀਆਂ 7 ਨਵੰਬਰ ਨੂੰ ਚੋਣਾਂ ਹੋਣੀਆਂ ਜੀ, ਨਤੀਜੇ ਇਹਦੇ ਵੀ 3 ਦਸੰਬਰ ਨੂੰ ਆਉਣੇ ਆ। 40 ਸੀਟਾਂ ਵਾਲਾ ਰਾਜ ਹੈਗਾ ਜਿਹੜਾ ਮਿਜ਼ੋਰਮ ਆ, 40 MLA ਇੱਥੇ ਬਣਦੇ ਆ। ਤੇ ਇੱਥੇ 21 ਬੰਦੇ ਜਿਹਦੇ ਜਿੱਤ ਜਾਣਗੇ ਉਹ ਸਰਕਾਰ ਆ ਜਿਹੜਾ ਬਣਾ ਸਕਦਾ ਜੀ। ਤੇ ਇਹਦੇ ਚ ਗੱਲ ਕਰਦੇ ਆ, ਇੱਥੇ ਜਿਹੜੀਆਂ 2 ਅਹਿਮ ਪਾਰਟੀਆਂ ਦੀ ਗੱਲ ਕਰੀਏ ਤਾਂ ਇੱਥੇ ਕਿਹਾ ਜਾਂਦਾ ਵੀ ਕੋਈ ਇੱਕ ਜਾਂ 2 ਪਾਰਟੀਆਂ ਨੇ ਇੱਥੇ ਖਿਲ ਰਿਹਾ ਜਾਂ ਘਮਾ ਖਿਲਾਰਾ ਜਾਂ ਪਿਆ ਹੋਇਆ ਹੈ ਇਸ ਸਟੇਟ ਦੇ ਵਿੱਚ। ਤੇ 2018 ਦੇ ਵਿੱਚ ਮਿਜ਼ੋ ਜਿਹੜੀ ਨੈਸ਼ਨਲ ਫਰੰਟ ਆ ਉਹਨੇ ਜਿਹੜੀਆਂ 26 ਸੀਟਾਂ ਜਿੱਤੀਆਂ ਸੀਗੀਆਂ, ਹਾਲਾਂਕਿ ਕਾਂਗਰਸ 5 ਸੀਟਾਂ ਜਿੱਤ ਗਈ ਸੀ। ਇਹ ਤੋਂ ਇਲਾਵਾ ਉੱਥੇ ਮਿਜ਼ੋਰਮ ਜਿਹੜਾ ਹੈਗਾ ਪੀਪਲਜ਼ ਮੂਵਮੈਂਟ ਆ ਉਹਨੇ 8 ਸੀਟਾਂ ਜਿੱਤੀਆਂ ਸੀ, ਭਾਰਤੀ ਜਨਤਾ ਪਾਰਟੀ ਕੋਲੇ ਵੀ 1 ਸੀਟ ਸੀਗੀ। ਸੋ ਇਹ ਇਸ ਤਰ੍ਹਾਂ ਦਾ ਹੈ ਜੀ, ਮਿਜ਼ੋਰਮ ਦਾ ਜਿਹੜਾ ਸਥਿਤੀ ਆ ਉਹ ਇਸ ਤਰ੍ਹਾਂ ਦੀ ਹੈ। ਸੋ ਦੇਖਦੇ ਹਾਂ, 5 ਜਿਹੜੀਆਂ ਵਿਧਾਨ ਸਭਾ ਨੇ, ਇਹ 5 ਸੂਬੇ ਨੇਗੇ, ਇਹਦੀਆਂ ਜਿਹੜੀਆਂ ਵੋਟਾਂ ਨੇ ਜਾਂ ਇਹਦੀਆਂ ਜਿਹੜੀਆਂ ਚੋਣਾਂ ਨੇਗੀਆਂ ਉਹ ਅਮਨ ਅਮਾਨ ਦੇ ਨਾਲ ਹੋਣਗੀਆਂ, ਇਹ ਵੱਡੀ ਤਾਂ ਪਹਿਲਾਂ ਆਸ ਹੀ ਕੀਤੀ ਜਾ ਸਕਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਤਸਵੀਰ ਹੈ ਸਾਡੇ ਸਾਹਮਣੇ 2024 ਦੀ ਉਹ ਪੇਸ਼ ਹੋ ਜਾਣੀ ਹੈ ਵੀ ਆਉਣ ਵਾਲੀ ਸਰਕਾਰ ਆ ਉਹ ਕਿਹਦੀ ਬਣਨੀ ਹੈ ਜੀ। ਸੋ ਇਹ 5 ਸੂਬੇ ਇਸ ਗੱਲ ਨੂੰ ਤੈਅ ਕਰ ਦੇਣਗੇ, ਇਹਨਾਂ ਚੋਣਾਂ ਦੇ ਨਾਲੇ ਪਤਾ ਲੱਗ ਜੂ, ਮਤਲਬ ਇਸ ਸਾਲ ਦੇ ਅਖੀਰ ਦੇ ਵਿੱਚ ਸਾਨੂੰ ਆਖਰੀ ਮਹੀਨੇ ਦਸੰਬਰ ਦੇ ਵਿੱਚ ਇਸ ਗੱਲ ਦਾ ਸੰਕੇਤ ਆ ਜਿਹੜੇ ਉਹ ਸਾਡੇ ਸਾਹਮਣੇ ਆ ਜਾਣਗੇ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਉਹ ਕਿਹਦੀ ਬਣਨ ਜਾ ਰਹੀ ਹੈ ਜਿਹੜੀਆਂ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ। ਜੀ ਵਨੀਤ ਜੀ ਬਿਲਕੁਲ ਸਰ, ਇਸੇ ਦੇ ਨਾਲ ਹੀ ਅੱਜ ਦੀ ਇੱਕ ਆਖਰੀ ਖਬਰ ਤੇ ਮੈਂ ਤੁਹਾਡੇ ਨਾਲ ਚਰਚਾ ਜ਼ਰੂਰ ਕਰਨਾ ਚਾਹੂੰਗੀ ਕਿ ਇੱਕ ਚੀਜ਼ ਸਾਹਮਣੇ ਆ ਰਹੀ ਹੈ। ਹਾਲ ਹੀ ਦੇ ਵਿੱਚ ਦੀਪਕ ਮਾਨ ਗੈਂਗਸਟਰ ਦੀਪਕ ਮਾਨ ਦਾ ਕਤਲ ਹੋਇਆ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਕਤਲ ਟ੍ਰੈਕ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਮੋਨੂ ਡਾਂਗਰ ਦੇ ਵੱਲੋਂ ਕਰਵਾਇਆ ਗਿਆ, ਜਿਸ ਨੂੰ ਸੁਪਾਰੀ ਦਿੱਤੀ ਗਈ ਸੀ ਗੋਲਡੀ ਬਰਾੜ ਦੇ ਵੱਲੋਂ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹੈ ਕਿ ਗੈਂਗਸਟਰਵਾਦ ਨੂੰ ਖਤਮ ਕੀਤਾ ਜਾ ਰਿਹਾ ਹੈ, ਲਗਾਤਾਰ ਗੈਂਗਸਟਰਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ, ਪਰ
ਕੀ ਅਜਿਹੀਆਂ ਗੈਂਗਸਟਰ ਜੋ ਗ੍ਰਿਫਤਾਰੀਆਂ ਉਹ ਸਹੀ ਹੈ ਕਿ ਉਹ ਜੇਲ੍ਹਾਂ ਦੇ ਵਿੱਚ ਬੈਠੇ ਹੀ ਕਤਲ ਕਰਵਾ ਰਹੇ ਆ, ਤੇ ਫਿਰ ਅਜਿਹੀਆਂ ਗ੍ਰਿਫਤਾਰੀਆਂ ਦਾ ਵੀ ਕੀ ਫਾਇਦਾ ਹੈ? ਹਾਂ ਬਿਲਕੁਲ, ਉਹ ਤਾਂ ਉੱਥੇ ਸੇਫ ਹੋ ਗਏ ਜੀ ਸਗਾਂ ਉਹਨਾਂ, ਉਹ ਜੀ ਤਾਂ ਹੁਣ ਉੱਥੇ ਤਾਂ ਇੱਕ ਤਰ੍ਹਾਂ ਨਾਲ ਸੇਫ ਹੋ ਕੇ ਬੈਠ ਗਏ, ਉਹਨਾਂ ਨੂੰ ਆਪ ਨੂੰ ਤਾਂ ਕੋਈ ਖਤਰਾ ਰਿਹਾ ਨਹੀਂ, ਤੇ ਬਾਹਰੋਂ ਉਹ ਜਿਹੜਾ ਕੰਮ ਆ ਉਸੇ ਤਰ੍ਹਾਂ ਜਾਰੀ ਹੈ। ਬਿਲਕੁਲ ਤੁਹਾਡੀ ਗੱਲ ਇਹ ਦਰੁਸਤ ਹੈ ਕਿ ਫਿਰ ਇਹ ਜਿਹੇ ਗ੍ਰਿਫਤਾਰੀਆਂ ਨੂੰ ਕੀ ਕਹਿੰਦਾ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਉਹਦਾ ਫਾਇਦਾ ਕੀ ਹੈ? ਬਿਲਕੁਲ ਜਿਹੜਾ ਮਤਲਬ ਉੱਥੇ ਬੰਦੇ ਬਾਹਰ ਰੱਖੇ ਆ ਤੁਸੀਂ, ਉਹ ਤਾਂ ਸਿਕਾਓ ਸੇਫ ਕਰਕੇ ਬਾਹਰਤੇ, ਉਹ ਤਾਂ ਅੰਦਰੋਂ ਸਾਰਾ ਕੁਝ ਕਰ ਰਹੇ ਆ, ਅੰਦਰੋਂ ਇੰਟਰਵਿਊਆਂ ਹੋ ਜਾਂਦੀਆਂ ਟੀਵੀਆਂ ਤੇ ਉਹਨਾਂ ਦੀਆਂ, ਤੇ ਅੰਦਰੋਂ ਹੀ ਉਹ ਕਤਲ ਕਰਾਈ ਜਾਂਦੇ ਨੇ ਕਿ ਇਹ ਇਹ ਮਤਲਬ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ। ਸੋ ਸਰਕਾਰ ਇਹਦੇ ਬਾਰੇ ਇਹ ਜਿਹੜਾ ਖੁਲਾਸਾ ਜੀ ਇਹ ਹੋਇਆ ਉਹਨੂੰ ਪ੍ਰੋਟੈਕਸ਼ਨ ਵਾਰੰਟਾਂ ਤੇ ਲਿਆਂਦਾ ਗਿਆ, ਜਦੋਂ ਹਰਿਆਣਾ ਦੇ ਸੋਨੀਪਤ ਦੇ ਵਿੱਚ ਹਰਸਾਣਾ ਪਿੰਡ ਦੇ ਵਿੱਚ ਮਾਰਿਆ ਸੀਗਾ ਜਿਹੜਾ ਦੀਪਕ ਮਾਨ ਹੈ, ਉੱਥੋਂ ਖੇਤਾਂ ਦੇ ਵਿੱਚ ਉਹਦੀ ਲਾਸ਼ ਮਿਲੀ ਸੀਗੀ, ਤੇ ਇਹਦਾ ਜਦੋਂ ਪਤਾ ਲੱਗਿਆ ਵੀ ਮਤਲਬ ਪੰਜਾਬ ਪੁਲਿਸ ਨੂੰ ਹੌਲੀ ਹੌਲੀ ਕੜੀਆਂ ਜੋੜੀਆਂ, ਤਾਂ ਪਤਾ ਲੱਗਿਆ ਵੀ ਜਿਹੜਾ ਇਹ ਪੰਜਾਬੀਆਂ ਦੀ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਬੈਠਾ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਮੋਨੂ ਡਾਂਗਰ, ਵੀ ਉਹਦਾ ਇਹਦੇ 'ਚ ਹੱਥ ਹੈ। ਤੇ ਉਹ ਜਦੋਂ ਹੁਣ ਉੱਥੋਂ ਦੀ ਪੁਲਿਸ ਆ ਜਿਹੜੀ ਸੋਨੀਪਤ ਦੀ ਉਹਨੂੰ ਪ੍ਰੋਟੈਕਸ਼ਨ ਬਰਾਂਡਾ ਤੇ ਕੱਢ ਕੇ ਜੇਲ੍ਹ ਚੋਂ ਲੈ ਕੇ ਗਈ, ਤੇ ਜਦੋਂ ਪੁਲਿਸ ਨੇ ਉਹਨੂੰ ਪੁੱਛਗਿੱਛ ਕੀਤੀ ਤੇ ਮਾਮਲਾ ਸਾਹਮਣੇ ਆ ਗਿਆ। ਪੁਲਿਸ ਦਾ ਕਹਿਣਾ ਕਿ ਇਹ ਜਿਹੜਾ ਮੋਨੂ ਡਾਂਗਰ ਹੈ ਤੇ ਹੋਰ ਮੁਲਜ਼ਮਾਂ ਦੀ ਜਿਹੜੀ ਪੁੱਛਗਿੱਛ ਉਹਨਾਂ ਨੇ ਕੀਤੀ ਹੈ, ਉਹਦੇ ਵਿੱਚ ਖੁਲਾਸੇ ਕੀਤੇ ਗਿਆ ਕਿ ਮੁੱਠਭੇੜ ਤੋਂ ਬਾਅਦ ਸਪੈਸ਼ਲ ਜਿਹੜਾ ਇਹ ਫੜੇ ਗਈ ਸੀਗੀ, ਜਿਹੜੇ ਸਪੈਸ਼ਲ ਐਂਟੀ ਗੈਂਗਸਟਰ ਐਕਟੀਵਿਟੀ ਯੂਨਿਟ ਬਣਿਆ ਹੋਇਆ ਉਹਨੇ ਗ੍ਰਿਫਤਾਰ ਕੀਤੇ ਸੀਗੇ। ਤੇ ਅਸਲ ਦੇ ਵਿੱਚ ਜਿਹੜਾ ਪੰਜਾਬ ਦਾ ਵੀਹਾ ਗੈਂਗ ਹੈ, ਇਹਦਾ ਗੈਂਗਸਟਰ ਹੈ ਜਿਹੜਾ ਦੀਪਕ ਮਾਨ, ਜਿਹਦਾ ਹਰਸਾਣਾ ਦੇ ਵਿੱਚ ਮਤਲਬ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, 1 ਅਕਤੂਬਰ ਨੂੰ ਉਹਦੀ ਲਾਸ਼ ਹੈ ਉੱਥੋਂ ਮਿਲੀ ਸੀਗੀ। ਤੇ ਇਦੋਂ ਬਾਅਦ ਇਹਦੇ ਉੱਪਰ ਮਤਲਬ ਜਿਹੜੀ ਪੁਲਿਸ ਦੀ ਪੁੱਛਗਿੱਛ ਹੈ, ਪੁਲਿਸ ਪੜਤਾਲ ਹੈ ਉਹ ਚੱਲੀ ਹੈਗੀ, ਤੇ ਇਹਨਾਂ ਨੇ ਫਿਰ ਇੱਕ ਜਿਹੜਾ ਹੈਗਾ ਪਿੰਡ ਸਿਸਾਣਾ ਦਾ ਨਰਾਇਣ ਆਸ਼ਰਮ ਉੱਤੇ ਉਹਦੇ ਨੇੜੇ ਇੱਕ ਟਰੈਕ ਲਾਇਆ ਪੁਲਿਸ ਨੇ, ਤੇ ਉੱਥੇ ਇੱਕ ਐਨਕਾਊਂਟਰ ਕੀਤਾ ਉਸ ਟਰੈਪ ਦੇ ਵਿੱਚ, ਤੇ ਉੱਥੇ ਇਹ ਮੁਲਜ਼ਮ ਆ ਜਿਹੜੇ ਫੜੇ ਗਏ ਸੀਗੇ। ਤੇ ਪੁਲਿਸ ਨੇ ਫਿਰ ਇਹ ਜਿਹੜੇ ਮੁਲਜ਼ਮ ਆ ਇਹ ਇਹਨਾਂ ਦੇ ਵਿੱਚ ਸੀਗਾ ਮਨਜੀਤ ਉਰਫ ਮਟਕਣ, ਤੇ ਇਹਦੇ ਇੱਕ ਚੇਤਨ, ਇਸ ਤਰ੍ਹਾਂ ਮਤਲਬ ਹੋਰ ਸੀ ਇੱਕ ਦੋ ਜਿਹਨਾਂ ਨੂੰ ਇਹ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ ਸੀ, ਉਸ ਤੋਂ ਬਾਅਦ ਪੁਲਿਸ ਨੇ ਫੜ ਲਏ ਸੀਗੇ। ਤੇ ਇਹਨਾਂ ਤੋਂ ਫਿਰ ਜਦੋਂ ਪੁੱਛਗਿੱਛ ਕੀਤੀ, ਤੇ ਇਹਨਾਂ ਦਾ ਚੌਥਾ ਸਾਥੀ ਇੱਕ ਜਸਵੀਰ ਸੀ ਉਹ ਵੀ ਫੜਿਆ ਗਿਆ, ਤੇ ਇੱਕ ਹੋਰ ਮੁੰਡਾ ਸੀ ਉਹ ਵੀ ਇਹਦੇ ਵਿੱਚ ਫੜਿਆ ਗਿਆ। 4-5 ਬੰਦੇ ਜਦੋਂ ਫੜੇ ਗਏ ਚਾਰਾਂ ਨੂੰ, ਫਿਰ ਇਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਦੇ ਉੱਪਰ ਪੁਲਿਸ ਨੇ ਕੋਈ ਜੇਲ੍ਹ ਦੇ ਵਿੱਚੋਂ ਬੰਦੇ ਆ ਜਿਹੜੇ ਉਹ ਵੀ ਲਿਆਂਦੇ, ਤੇ ਲਿਆ ਕੇ ਇਹਨਾਂ ਦਾ ਜਦੋਂ ਪੁੱਛਗਿੱਛ ਕੀਤੀ ਆ ਤਾਂ ਉਦੋਂ ਪਤਾ ਲੱਗਿਆ ਕਿ ਦੀਪਕ ਮਾਨ ਦਾ ਜਿਹੜਾ ਕਤਲ ਹੈ ਉਹ ਤਾਂ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਬੈਠੇ ਸੋਨੂਪਤ ਦੇ ਰਹਿਣ ਵਾਲੇ ਮੋਨੂ ਡਾਂਗਰ ਨੇ ਕਰਾਇਆ ਹੈਗਾ। ਤੇ ਮੋਨੂ ਡਾਂਗਰ ਬਦਨਾਮ ਜਿਹੜਾ ਲਾਰੈਂਸ ਬਸਨੋਈ ਦਾ ਗੈਂਗ ਹੈ ਉਹਦੇ ਨਾਲ ਜੁੜਿਆ ਹੋਇਆ, ਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਜਿਹੜੇ ਸੂਟਰ ਮੁਹੱਈਆ ਕਰਵਾਉਣ ਦਾ ਦੋਸ਼ ਲੱਗਦਾ ਹੈ ਤੇ ਸੋਨੂ ਡਾਂਗਰ ਤੇ, ਉਹਦੇ ਵਿੱਚ ਇਹ ਫੜਿਆ ਹੋਇਆ ਹੈਗਾ। ਤੇ ਇਹਦੇ ਸੰਬੰਧ ਆ ਜਿਹੜਾ ਪ੍ਰਿਆ ਵਰਤ ਜਿਹਨੇ ਕਿ ਗੋਲੀਆਂ ਮਾਰੀਆਂ ਸੀਗੀਆਂ ਨੇੜੇ ਤੋਂ ਆ ਕੇ ਸਿੱਧੂ ਮੂਸੇਵਾਲੇ ਨੂੰ, ਉਹਦੇ ਨਾਲ ਦੱਸੇ ਜਾਂਦੇ ਆ ਵੀ ਇਹਦੇ ਸੰਬੰਧ ਨੇਗੇ। ਤੇ ਹੁਣ ਇਹ ਮਤਲਬ ਪਤਾ ਇਹ ਲੱਗਦਾ ਵੀ ਜਿਹੜਾ ਇਹ ਪੈਸਾ ਹੈ ਕਹਿੰਦੇ ਜੀ ਇਹ ਬਾਹਰੋਂ ਗੋਲਡੀ ਬਰਾੜ ਨੇ ਦਿੱਤਾ ਸੀਗਾ, ਤੇ ਫਿਰ ਉਸ ਤੋਂ ਬਾਅਦ ਇਹ ਕਤਲ ਹੈ ਜਿਹੜਾ ਕਰਵਾਇਆ ਗਿਆ, ਜਿਹਦਾ 50 ਲੱਖ ਰੁਪਇਆ ਸਫਾਰੀ ਦੇ ਕੇ ਦੀਪਕ ਮਾਨ ਨੂੰ ਜਿਹੜਾ ਮਰਵਾਇਆ ਗਿਆ। ਹੁਣ ਮਤਲਬ ਪੈਸਾ ਵਿਦੇਸ਼ਾਂ ਚੋਂ ਆ ਰਿਹਾ, ਕੰਮ ਬੰਦੇ ਆ ਜਿਹੜੇ ਉਹ ਜੇਲ੍ਹ ਦੇ ਵਿੱਚ ਬੈਠੇ ਕਰ ਰਹੇ ਨੇ, ਸੋ ਕਿੱਥੇ ਮਤਲਬ ਸਾਡੀ ਜਿਹੜੀ ਇੰਟੈਲੀਜੈਂਸੀ ਆ ਉਹ ਕਿੱਥੇ ਹੈ? ਮਤਲਬ ਇਹ ਬੜਾ ਵੱਡਾ ਸਵਾਲ ਖੜਾ ਹੋ ਗਿਆ ਕਿ ਸਾਡੀ ਇੰਟੈਲੀਜੈਂਸੀ ਕਿੱਥੇ ਆ, ਕੀ ਕਰਦੀ ਆ? ਪੈਸਾ ਵੀ ਬਾਹਰੋਂ ਆਈ ਜਾਂਦਾ ਸਾਨੂੰ, ਉਹ ਵੀ ਕੋਈ ਹਿਸਾਬ ਚ ਨਹੀਂ ਆ ਰਿਹਾ। ਹੁਣ ਇਹ ਜਿਹੜਾ 50 ਲੱਖ ਰੁਪਇਆ ਬਾਹਰ ਬੈਠਾ ਬੰਦਾ ਭੇਜ ਕੇ ਦੇ ਰਿਹਾ, ਉਹ ਕਿੱਥੋਂ ਆਇਆ, ਕਿਵੇਂ ਆਇਆ, ਕਿਹੜੇ ਹਵਾਲੇ ਰਾਹੀਂ ਆਇਆ, ਕਿੱਥੋਂ ਆਇਆ, ਕਿੱਧਰ ਨੂੰ ਗਿਆ, ਇਹ ਵੀ ਸਾਰਾ ਕੁਝ ਮਤਲਬ ਚਰਚਾ ਦਾ ਵਿਸ਼ਾ ਜਾਂ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਜਾਂ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਗੱਲ ਖੜੀ ਹੈ। ਤੇ ਜੇਲ੍ਹ ਦੇ ਵਿੱਚੋਂ ਬੰਦੇ ਬੈਠੇ, ਫਿਰ ਇਹ ਬਾਹਰੋਂ ਆਇਆ ਪੈਸਾ, ਪੈਸਾ ਬਾਹਰੋਂ ਆਉਂਦਾ ਹੈ, ਉਹਨੂੰ ਜੇਲ੍ਹ ਦੇ ਵਿੱਚ ਬੰਦੇ ਬੈਠੇ ਮੈਨੇਜ ਕਰਕੇ ਗਾਂ ਕਤਲ ਹੈ ਜਿਹੜੇ ਕਰਵਾਉਂਦੇ ਆ, ਗਾਂ ਪਹਾੜੇ ਦੇ ਉਹ ਮਤਲਬ ਸੂਟਰ ਲੱਭਦੇ ਨੇਗੇ। ਸੋ ਵਾਕਈ ਇਹ ਗੱਲ ਤੁਹਾਡੇ ਵਾਲੀ ਬਿਲਕੁਲ ਦਰੁਸਤ ਆ ਵੀ ਫਿਰ ਇਹੋ ਜਿਹੀਆਂ ਗ੍ਰਿਫਤਾਰੀਆਂ ਦਾ ਕੀ ਫਾਇਦਾ ਹੈਗਾ? ਸੱਚਮੁੱਚ ਸਰਕਾਰ ਦਾ ਇੱਕ ਤਰ੍ਹਾਂ ਦੇ ਨਾਲ ਇਹ ਜਲੂਸ ਨਿਕਲਣ ਵਾਲੀ ਗੱਲ ਹੈ, ਕਿਉਂਕਿ ਇਸ ਵੇਲੇ ਜਿਹੜਾ ਜੇਲ੍ਹ ਵਿਭਾਗ ਆ ਉਹ ਸਾਡੇ ਸੀਐਮ ਸਾਹਿਬ ਕੋਲੇ ਆ, ਤੇ ਇਹਦੇ ਵੱਲ ਧਿਆਨ ਦੇਣਾ ਬਣਦਾ ਹੈਗਾ। ਜੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇਗੀਆਂ ਤਾਂ ਇਹ ਸਰਕਾਰ ਦੇ ਲਈ ਬਹੁਤ ਸ਼ਰਮਨਾਕ ਗੱਲ ਹੋਊਗੀ। ਜੀ, ਸੋ ਇਹ ਸੀ ਆਪਣੀ ਅੱਜ ਦੀਆਂ ਦਿਨ ਭਰ ਦੀਆਂ ਖਾਸ ਖਬਰਾਂ। ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਚਰਚਾ ਦੇ ਲਈ। ਮਿਹਰਬਾਨੀ ਜੀ, ਤੁਹਾਡਾ ਵੀ ਧੰਨਵਾਦ।
ਸੋ ਇਸੇ ਆਪਣੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਜੀ, ਜਿਨ੍ਹਾਂ ਨੇ ਅੱਜ ਦੀਆਂ ਖਾਸ ਖਬਰਾਂ ਤੇ ਆਪਣੇ ਨਾਲ ਵਿਚਾਰ ਚਰਚਾ ਕੀਤੀ ਹੈ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਦਿਨ ਭਰ ਦੇ ਖਾਸ ਮੁੱਦਿਆਂ ਨੂੰ ਲੈ ਕੇ। ਤਦ ਤੱਕ ਲਈ ਦੇਖਦੇ ਰਹੋ ਪ੍ਰੋਗਰਾਮ ਨਿਰਪੱਖ ਟਾਕ। ਧੰਨਵਾਦ।